ਉਹ ਸਾਦਾ ਹੈ ਕੋਈ ਇੰਡੀਅਨ ਪੰਜਾਬੀ ਸਿੱਖ ਕਦੇ ਇਹੋ ਜਿਹਾ ਬਣ ਜਾਊਗਾ ਨਹੀਂ ਬਣੇਗਾ ਤੁਸੀਂ ਗਲਤ ਹੋ ਆਹ ਇੱਕ ਪੰਜਾਬੀ ਬਣਿਆ ਹੋਇਆ ਜਿੰਨੀ ਲੰਬੀ ਗਰਦਨ ਹੋਏਗੀ ਜਿੰਨੇ ਰਿੰਗ ਹੋਣਗੇ ਉਹ ਔਰਤ ਓਨੀ ਸੋਹਣੀ ਮੰਨੀ ਜਾਂਦੀ ਹੈ ਆਪਣੇ ਮੁਲਕ ਨਹੀਂ ਹੈ ਆਪਣੀ ਕੌਮ ਚਾਹੇ ਜਾਂ ਕੁਛ ਨਹੀਂ ਹੁੰਦਾ ਮੈਂ ਪੁੱਛਿਆ ਸੀ ਆਪਾਂ ਕਦੇ ਇਸ ਤਰ੍ਹਾਂ ਕਰਾਂਗੇ ਪੰਜਾਬੀ ਸਿੱਖ ਪਰਿਵਾਰ 'ਚ ਜੰਮਿਆ ਪੜਿਆ ਬੱਚਾ ਕੋਈ ਇਹੋ ਜਿਹਾ ਰੂਪ ਕਦੇ ਧਾਰਨ ਕਰੇਗਾ ਨਹੀਂ ਕਰੇਗਾ ਆਹ ਕੀਤਾ ਹੋਇਆ ਜਾਣਦੇ ਇਹਨੂੰ ਸਿੱਖ ਪਰਿਵਾਰ 'ਚ ਜੰਮਿਆ ਸੀ ਨਾ ਪੰਜਾਬੀ ਹੈ ਨਾ ਸੈਂਕੜੇ ਬਣਾਏ ਹੋਏ ਨੇ ਉਹ ਮੁੱਤਾਂ ਛੋਟੀਆਂ ਛੋਟੀਆਂ ਉਹ ਕਈ ਦਿਨ ਤਾਂ ਖੋਲ੍ਹ ਨਹੀਂ ਸਕਦੇ ਸੈਂਕੜੇ ਰੁਪਏ ਲਗਾ ਕੇ ਤਾਂ ਤਿਆਰ ਕਰ ਲਈਆਂ ਨੇ ਅਤੇ ਨਹਾਉਣਾ ਕਦੋਂ ਉਹਨਾਂ ਨੇ ਉਸਰੇ ਰਹਿੰਦੀਆਂ ਨੇ ਪਰ ਉਹਦਾ ਅਸਰ ਕੁਛ ਕਬੂਲਿਆ ਅੱਜ ਕੱਲ੍ਹ ਸਾਡੇ ਪੰਜਾਬ ਵਿੱਚ ਵੀ ਬੱਚੇ ਸਪਾਈਕੀ ਹੇਅਰ ਕਰਦੇ ਨੇ ਨਾ ਜੈਲ ਲਗਾ ਕੇ ਤਿੱਖੇ ਜਿਹੇ ਕੀਤੇ ਹੁੰਦੇ ਨੇ ਇਹ ਕਾਰਨ ਹੈ ਪ੍ਰਭਾਵ ਆਲੇ ਦੁਆਲੇ ਦਾ ਜਦੋਂ ਆਲੇ ਦੁਆਲੇ ਦਾ ਪ੍ਰਭਾਵ ਪੈਂਦਾ ਜੇ ਆਪਣੀਆਂ ਜੜ੍ਹਾਂ ਮਜ਼ਬੂਤ ਨਹੀਂ ਨੇ ਆਪਣੇ ਸੱਭਿਆਚਾਰ ਨਾਲ ਪੱਕੀ ਤਰ੍ਹਾਂ ਨਹੀਂ ਜੁੜੇ ਹੋਏ ਹਾਂ ਸਾਨੂੰ ਸਾਡੇ ਸੱਭਿਆਚਾਰ ਦੀ ਗੁੜ੍ਹਤੀ ਨਹੀਂ ਮਿਲੀ ਹੈ ਅਤੇ ਸੁਭਾਵਕ ਹੈ ਅਸੀਂ ਉਸ ਪਾਸੇ ਨੂੰ ਤੁਰ ਜਾਵਾਂਗੇ ਹੋ ਰਿਹਾ ਆਪਾਂ ਪੰਜਾਬ ਦੇਖ ਰਹੇ ਹਾਂ ਬੱਚੇ ਨੱਤੀਆਂ ਪਾ ਰਹੇ ਨੇ ਹਾਂਜੀ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਹੇਅਰ ਸਟਾਈਲਸ ਬਣਾਉਣੇ ਸ਼ੁਰੂ ਕਰਤੇ ਨੇ ਇੱਕ ਤਾਂ ਫੋਟੋ ਅਸੀਂ ਆਮ ਦੇਖੀ ਹੋਣੀ ਹੈ ਉਹਨੇ ਸਿਰ ਦੇ ਵਿੱਚ ਸ਼ੇਵ ਕਰਕੇ ਠੰਡਾ ਹੀ ਬਣਾ ਰੱਖਿਆ ਦੇਖਿਆ ਹੁਣ ਉਹਦੇ 'ਚ ਉਹ ਆਪਣੇ ਆਪ ਨੂੰ ਸਿੱਖ ਆਉਂਦਾ ਸਿਰ ਸ਼ੇਵ ਕਰਕੇ ਉਹ 'ਤੇ ਠੰਡਾ ਬਣਾਇਆ ਹੋਇਆ ਔਰ ਉਹ ਨਗਰ ਕੀਰਤਨ 'ਚ ਪਹੁੰਚ ਗਿਆ ਇੰਗਲੈਂਡ ਦੇ ਸ਼ਹਿਰ ਨਗਰ ਕੀਰਤਨ 'ਚ ਵੀ ਆਇਆ ਉਹ ਬੰਦਾ ਔਰ ਇਹ ਆਮ ਹੋ ਰਿਹਾ ਹੁਣ ਔਰ ਕਾਰਨ ਕੀ ਅਸੀਂ ਬਰਦਾਸ਼ਤ ਕਰਦੇ ਜਾ ਰਹੇ ਹਾਂ ਇਹਨੂੰ ਕਹਿੰਦੇ ਕਲਚਰਲ ਇਨਫਲੂਐਂਸ ਗੁਰੂ ਨੇ ਸਾਨੂੰ ਨਿਆਰਾ ਬਣਾਇਆ ਸੀ ਸਾਰਿਆਂ ਤੋਂ ਨਿਆਰਾ ਰੱਖਿਆ ਸੀ ਪਰ ਅਸੀਂ ਵੀ ਉਹ ਇਨਫਲੂਐਂਸ ਕਬੂਲ ਕਰਦੇ ਹਾਂ ਆਪਣੇ ਆਲੇ ਦੁਆਲੇ ਦਾ ਇਹਨੂੰ ਜੇ ਕਲਚਰਲ ਇਨਫਲੂਐਂਸ ਨੂੰ ਮੈਂ ਹੋਰ ਥੋੜ੍ਹਾ ਜਿਹਾ ਕਰੂਡ ਵਰਡ ਦੇਵਾਂ ਇਹ ਗੁਲਾਮੀ ਦੀ ਨਿਸ਼ਾਨੀ ਹੈ ਗੁਲਾਮ ਮਾਨਸਿਕਤਾ ਹੈ ਜਦੋਂ ਅਸੀਂ ਗੁਲਾਮ ਹੋ ਜਾਂਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਸੋਚ ਨਾਲ ਜੋ ਕਰਦੇ ਨੇ ਅਸੀਂ ਉਹਨੂੰ ਸੋਹਣਾ ਮੰਨ ਰਹੇ ਹਾਂ ਯਾਨੀ ਕਿ ਅਸੀਂ ਉਹਨਾਂ ਦੇ ਗੁਲਾਮ ਹੋ ਗਏ ਅਸੀਂ ਆਪਣੇ ਗੁਰੂ ਤੋਂ ਗੁਰੂ ਦੀ ਕਹੀ ਗੱਲ 'ਤੇ ਨਹੀਂ ਚੱਲ ਪਾਏ ਅਸੀਂ ਕਿਸੇ ਹੋਰ ਦੀ ਗੱਲ ਨੂੰ ਚੰਗਾ ਮੰਨ ਲਿਆ ਅਸੀਂ ਗੁਰੂ ਦੇ ਗੁਲਾਮ ਨਹੀਂ ਹੋਏ ਅਸੀਂ ਗੁਰੂ ਦੇ ਸਿੱਖ ਨਹੀਂ ਹੋਏ ਕਿਸੇ ਹੋਰ ਦੇ ਗੁਲਾਮ ਹੋ ਗਏ ਮਾਪੇ ਸਟਰੋਂਗ ਨੇ ਔਰ ਬੱਚਿਆਂ ਨੂੰ ਗਾਹੇ ਬਗਾਏ ਰੋਜ਼ ਦੇ ਰੋਜ਼ ਉਹਨੂੰ ਰਾਹ ਪਾ ਰਹੇ ਨੇ ਗਲਤੀਆਂ ਤੋਂ ਬਚਾ ਰਹੇ ਨੇ ਸੁਚੇਤ ਕਰ ਰਹੇ ਨੇ ਉਹ ਬੱਚਾ ਬਚੇਗਾ ਜਿੱਥੇ ਮਾਪੇ ਸੋਚਦੇ ਨੇ ਮੈਂ ਸਮਾਗਮ ਅਟੈਂਡ ਕਰ ਲਿਆ ਮੈਂ ਕੀਰਤਨ ਕਰ ਲਿਆ ਮੈਂ ਮਤਰੇਲਾ ਕਰ ਲਿਆ ਬੱਚੇ ਵੱਲ ਧਿਆਨ ਨਹੀਂ ਦਿੱਤਾ ਉੱਥੇ ਸੁਭਾ ਚਾਂਸਿਸ ਹੈਗੇ ਨੇ ਗੁਰੂ ਦੀ ਕਿਰਪਾ ਹੋਵੇ ਉਹ ਬੱਚਾ ਵੀ ਕਦੇ ਅੱਗੇ ਆ ਜਾਏਗਾ ਚੜ੍ਹਦੀ ਕਲਾ 'ਚ ਰਹੇਗਾ ਪਰ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਵੀ ਆਲੇ ਦੁਆਲੇ ਦਾ ਅਸਰ ਕਬੂਲਣਾ ਸ਼ੁਰੂ ਕਰ ਦਿੰਦਾ ਹੈ ਗੁਲਾਮ ਮਾਨਸਿਕਤਾ ਦੀ ਇੱਕ ਕਹਾਣੀ ਤੁਸੀਂ ਪੜ੍ਹੀ ਹੋਣੀ ਹੈ ਇੱਕ ਜਿਹੜਾ ਭੇਡਾਂ ਚਾਰਨ ਵਾਲਾ ਜੰਗਲ 'ਚ ਗਿਆ ਉੱਥੇ ਉਹਨੂੰ ਸ਼ੇਰ ਦਾ ਬੱਚਾ ਮਿਲ ਗਿਆ ਛੋਟਾ ਜਿਹਾ ਵਿਛੜ ਗਿਆ ਸੀ ਉਹ ਸ਼ੇਰ ਦੇ ਬੱਚੇ ਨੂੰ ਨਾਲ ਲੈ ਆਇਆ ਭੇਡਾਂ ਦੇ ਨਾਲ ਹੀ ਉਹ ਬੱਚਾ ਵੀ ਸ਼ੇਰ ਦਾ ਘੁੰਮਦਾ ਰਿਹਾ ਕਰੇ ਜੋ ਭੇਡਾਂ ਖਾਣ ਕੋਸ਼ਿਸ਼ ਕਰੇਗਾ ਸ਼ੇਰ ਦਾ ਬੱਚਾ ਖਾ ਲਿਆ ਕਰੇ ਅਤੇ ਉਸ ਸਮੇਂ ਭੇਡਾਂ ਵਾਂਗੂ ਨੇ ਵਿਹਾਰ ਕਰਨਾ ਸ਼ੁਰੂ ਕਰਤਾ ਕਿਉਂਕਿ ਉਹ ਭੇਡਾਂ ਦੇ ਵਿੱਚ ਪਲਿਆ ਸੀ ਨਾ ਉਹ ਭੇਡ ਹੀ ਬਣ ਗਿਆ ਇੱਕ ਤਰੀਕੇ ਨਾਲ ਉਹਦੀ ਮਾਨਸਿਕਤਾ ਭੇਡਾਂ ਵਾਲੀ ਬਣ ਗਈ ਉਹਨੇ ਮਿਓ ਮਿਓ ਵੀ ਕਰਨਾ ਜਿਵੇਂ ਭੇਗ ਮਿਲਕਦੀ ਹੈ ਨਾ ਹਿਣਕਦੀ ਹੈ ਉਸ ਤਰ੍ਹਾਂ ਉਹਨੇ ਆਵਾਜ਼ ਕਰਨੀ ਉਹ ਆਪਣੀ ਆਵਾਜ਼ ਵੀ ਭੁੱਲ ਗਿਆ ਭੇਡ ਦੀ ਆਵਾਜ਼ ਬੋਲੀ ਬੋਲਣ ਲੱਗ ਗਿਆ ਇੱਕ ਦਿਨ ਜਿਹੜਾ ਉਹ ਯਾਰੀ ਸੀਗਾ ਉਹ ਭੇਡਾਂ ਲੈ ਕੇ ਜੰਗਲ ਵੱਲ ਗਿਆ ਹੋਇਆ ਸੀ ਭੇਡਾਂ ਚੜ੍ਹ ਉਧਰੋਂ ਕਿੱਥੋਂ ਸ਼ੇਰ ਨਿਕਲ ਆਇਆ ਸ਼ੇਰ ਨੇ ਮਾਰੀ ਦਹਾੜ ਜਦੋਂ ਸ਼ੇਰ ਦੀ ਦਹਾੜ ਪਈ ਉਹ ਸ਼ੇਰ ਦੇ ਬੱਚੇ ਨੂੰ ਅੰਦਰ ਜਿਹੜੀ ਅੰਦਰ ਦਹਾੜ ਲੁਕੀ ਪਈ ਸੀ ਉਹ ਅੰਦਰ ਪ੍ਰਗਟ ਹੋ ਗਈ ਉਹਨੂੰ ਆਪਣਾ ਵਿਰਸਾ ਯਾਦ ਆ ਗਿਆ ਮੈਂ ਤਾਂ ਭੇਡ ਨਹੀਂ ਹਾਂ ਮੈਂ ਤਾਂ ਸ਼ੇਰ ਹਾਂ
मैं कि भुलिया फिरदा ते ओ भी उन्हें दहार मारी पहला आवाज मारी जोर लग्या होना पहली बार पहला मैं की होनी है होर जोर लाया अल्टीमेटली भी दहाड़ निकली और वह दहाड़ जो बोलिया तो भेटा भज गई अजाली भज गया और वह जंगल में जाके फिर राज कर लग पाया जंगल का राजा बन गया। हम वो तो जरा शेर का बच्चा सी उन्हें दहाड़ सुन ली दहाड़ में पछाण लिया तो शेर बन गया दोबारा। इस तरह एक तोता सी पिंजरे च रहिंदा सी घर दे उन्हें चूरी खवांदे सी कहिंदी मैं मिठी चूरी खाएगा अगो बोलता मेरा मुमिया मिठी चूरी खाएगा अगो बोलता सी जो कहिंदे सी जवाब दिंदा सीगा उन्हें चूरी खवा दिंदे सी ओह तोता बड़ा खुश घर दे थोड़े जिहे अमीर होए उन्हें पिंजरा भी सोने का बनाता सोने के पिंजरे च रहिंदा सीगा मुड़ के उन्हें उहदे विच उन्हां ने कुछ होर सोहने बन सोहनियां चीज़ां लातियां उहदा जिहड़ा पिंजरा सी बहुत ही सोहना आलीशान बन गया तोता बिच रहा करे बड़ा खुश सवेरे शाम को चूरी मिल जाया करे हरी मिर्च मिल जाया करे बिच बैठे अपने गुणगान गाया करे उहदा जे पिंजरे का दरवाजा भी खोल दें तो भी उड़ के ना जाए जे गया मुड़ के फिर पिंजरे बिच। एक दिन तोतिया की डार आई उन्हें देखा साडे वर्गा यार कित्थे लुकिया बैठा है फसया बैठा है उहदे कोल आए कहिंदे भरावा तू तोता है कहिंदे हाँ मैं तोता ये कित्थे इत्थे कित्थे बैठा है कहिंदे मेरा घर है तेरा घर तो बहुत वड्डा है पूरा समान तेरा घर है आ बाहर देख कितनी बड़ी दुनिया है नहीं नहीं कहिंदा मेरा घर तो यही है वो कहिंदे नहीं तू आ एक बार देख तो सही साडे नाल उन्हां दे कहे कहे तुर पिया उड्डिया उडारी लाई बड़ी दूर तक गया उन्होंने दरख्तों तो अंब खाधे उन्होंने कुछ होर इस तरह प्रवास ली घूमे फिरे उन्होंने स्वाद नहीं आया कहिंदा यार मेहनत करनी पै रही है आप अंब चुक के खाना पेगा कहना मैं नहीं खाना वापस पिंजरे में आ गया क्योंकि उन्हें वह गुलाम मानसिकता कबूल कर ले सी उन्हों आला दुआला वह पिंजरा वह रोज़ सवेरे शाम चूरी देनी उन्हें चंगी लगती सी कहते तुम कमले हो एवं उड्डे फिरते हो है ना कदे घर का ठिकाणा नहीं मीह चक्कड़ आया थोड़े घोंसले उड़ जाते हैं मीह चक्कड़ आया पत्ते दरख्त दिख पैंदे ने कदे थानू खाण मिलिया नहीं मिलिया पर मैं तो रोज़ मिलता मेरा घर तो कितना सोहना सोहना हैगा आलीशान घर है तो कहते तुम कमले हो तोतियां नूं कमला कहन लग पिया तोते कहिंदे आ तैनूं पता नहीं असीं तोते हुंदे आ साडी जिहड़ी मानसिकता है जिहड़ा साडा जीवना है वह ओपन विच है खुले आकाश विच है वह साडा जीवना असली है तू समझ अपनी गल साडी गल उह कहिंदा नहीं मैं नहीं समझनी जाओ परां हो वह तोता पिंजरे का वासी ही रहा उत्थे ही मर गया। कुछ इस तरह ही सभ्याचारां विच हुंदा है जदों असीं किसी सभ्याचार दे विच बहुत चिर रहिंदे आ असीं उहदा असल कबूल करना शुरू कर दिंदे आ कोई थानू आवाज़ मारद भी भाई सिख सभ्याचार ये नहीं है जो तुम करते पे हो हटो वो कहते नहीं साढ़े जिते असं रहने ना उ सोहने होने की यही निशानी है स्पाइकी हेयरस होन हाँ जी टैटू लाए होन वे वे हाँ जी बीबिया के अपने हार शिंगार है मुंडिया के अपने हार शिंगार कहते नहीं यही निशानी क्योंकि जो दूजे सभ्याचार वाले ने उन्होंने बहुत सोहना कहते हैं हम मेजोरिटी उन्होंने कह रही तुम बहुत सोहने लग रहे हो पर वो कहें साडे कहें तुम नहीं सोने लगते थोड़ा रूप नहीं है तुम इस तरह के नहीं होने चाहिए बहुत आवाजा पैदा ने बड़े शेर आके दहाड़ा मारते हैं भाई कई तोते असली उड़ के आके उन्होंने कहते हैं भाई थोड़ा रूप नहीं है तुम इतने नहीं रहना थोड़ा जगह होर है आ जाओ वो कहते नहीं इतने सारे सानू बहुत सोहना कहते हैं असं तो इतें ही रहना असं नहीं रहना थोड़े नाल वो अड़े रेंगे ने कुछ होंगे ने जी दहाड़ सुन लेंगे ने और उतों निकले आते हैं वो गुरु दे सिख बन जाते हैं गुरु वाल गुरु के मार्ग से तुर पैंदे ने चढ़दी कला वाल जाते हैं। सवाल यह सीगा बच्चों का कल कुछ बीबिया का सवाल सीगा भी कुछ बीबिया अमृतधारी होकर ब्लीच कर दी ये ठीक है यदा जवाब रहत मर्यादा में है सिख कदे दाड़ी नूं नहीं रंगता जिहड़ा दाड़ी रंगे वो तनखाई है ब्लीच करना भी रंगना होया ब्लीच करना भी लगना होया ना जो असल रंग है वनू असी बदल दिता और गुरु ने एक सिख ही बनाया है सिखनी नहीं बनाई सिर्फ सिख है गुरु की नज़र में तुसी सारे सिख हो सिखनी या सिख बच्चा नहीं है सिंह तो सिंह नहीं हो सकते ने शेर तो शेरनी होंगी है सिख सिख ही है सिर्फ उ गुरु की नज़र में रंग का भेद वो
ਉਹਦੇ ਸੈਕਸ ਦਾ ਭੇਦ ਮੇਲ ਹੈ ਫੀਮੇਲ ਹੈ, ਉਹ ਕਾਲਾ ਹੈ, ਹੋਰ ਰੰਗ ਹੈ, ਸੋਹਣਾ ਹੈ, ਕਿਸ ਤਰ੍ਹਾਂ ਦੇ ਉਹਦੇ ਬਾਲ ਨੇ, ਭੂਰੇ ਨੇ, ਚਿੱਟੇ ਨੇ, ਗੁਰੂ ਦੀ ਨਗਰ 'ਚ ਕੁਛ ਵੀ ਨਹੀਂ ਹੈ, ਉਹਦੇ ਕਰਮ ਨੇ। ਉਹ ਜੋ ਸਿੱਖ ਹੈ ਤਾਂ ਗੁਰੂ ਦਾ ਸਿੱਖ ਹੈ, ਸਿੱਖ ਚਾਹੇ ਉਹ ਬੀਬੀ ਹੈ ਚਾਹੇ ਸਿੱਖ ਜਾਏ ਬੱਚਾ ਹੈ, ਗੁਰੂ ਦੇ ਨਜ਼ਰ ਸਿਰਫ ਸਿੱਖ ਹੈ। ਸੋ ਰਹਿਤ ਮਰਿਆਦਾ ਵਿੱਚ ਜੇ ਉਹ ਕੁਛ ਲਿਖਿਆ ਉਹਦਾ ਇਹ ਤਾਤਪਰਿਆ ਲੈ ਲੈਣਾ ਵੀ ਇਹ ਤਾਂ ਸਿੱਖ ਬੰਦਿਆਂ ਵਾਸਤੇ ਕਿਹਾ ਗਿਆ, ਦਾਲੀ ਨਹੀਂ ਰੰਗਣੀ, ਕਾਲੀ ਨਹੀਂ ਕਰਨੀ, ਬੀਬੀਆਂ ਵਾਸਤੇ ਥੋੜ੍ਹਾ ਲਿਖਿਆ, ਇਹ ਟਕਵੰਜ ਹੁੰਦਾ ਹੈ, ਇਹ ਹੁੰਦੀ ਹੈ ਇੱਕ ਫੁਲਿਸ਼ ਜਿਹੀ ਆਰਗੂਮੈਂਟ ਜਦੋਂ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ। ਸੋ ਜੇ ਕੋਈ ਕਰਦਾ ਹੈ, ਕਈ ਵਾਰ ਇਹ ਕਹਿਣ ਨੂੰ ਮਿਲ ਜਾਂਦਾ ਕਿ ਅਸੀਂ ਅੰਮ੍ਰਿਤ ਵਾਲੀ ਬੀਬੀਆਂ ਦੇਖੀਆਂ ਨੇ, ਉਹ ਵੀ ਬਲੀਸ਼ ਕਰਦੀਆਂ ਨੇ, ਜੇ ਕਰਦੀਆਂ ਨੇ ਤਾਂ ਉਹ ਵੀ ਗਲਤ ਨੇ, ਜੋ ਕਰਦੀਆਂ ਨੇ ਤੇ ਠੀਕ ਨਹੀਂ ਹੋ ਗਿਆ ਗੁਰੂ ਦੀ ਨਜ਼ਰ ਵਿੱਚ, ਉਹ ਗਲਤ ਦਾ ਗਲਤ ਹੀ ਰਹਿਣਾ। ਹੁਣ ਮਜੋਰਿਟੀ ਸਿੱਖ ਦਾੜੀ ਰੰਗਦੇ ਨੇ, ਇਸਦਾ ਮਤਲਬ ਉਹਨੂੰ ਅਸੀਂ ਸੱਚ ਤਾਂ ਮੰਨ ਮੰਨ ਲਈਏ ਨਾ। ਜੇ ਮਜੋਰਿਟੀ ਕਹਾਉਣ ਵਾਲੇ ਸਿੱਖ ਦਾਰੂ ਪੀਂਦੇ ਨੇ ਤਾਂ ਦਾਰੂ ਸਾਡਾ ਸੱਭਿਆਚਾਰ ਤੰਗ ਤਾਂ ਨਹੀਂ ਹੋ ਸਕਦਾ, ਸਿੱਖਾਂ ਵਾਸਤੇ ਉਹ ਜੀਵਨ ਸ਼ੈਲੀ ਤਾਂ ਨਹੀਂ ਹੋ ਸਕਦੀ। ਉਹ ਜੋ ਗੁਰੂ ਨੇ ਉਪਦੇਸ਼ ਦਿੱਤਾ ਉਹ ਤਾਂ ਹਮੇਸ਼ਾ ਵਾਸਤੇ ਸੱਚ ਹੈ, ਹਮੇਸ਼ਾ ਹੀ ਸੱਚ ਰਹਿਣਾ, ਉਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਉਹਨੂੰ ਸਾਨੂੰ ਉਹਨੂੰ ਫੋਲੋ ਹੀ ਕਰਨਾ ਪੈਣਾ। ਉਹ ਸੱਚ ਸਾਡੇ ਵਾਸਤੇ ਹਮੇਸ਼ਾ ਵਾਸਤੇ ਹੈ, ਅੱਜ ਵੀ ਹੈ, ਕੱਲ੍ਹ ਵੀ ਸੀ ਅਤੇ ਕੱਲ੍ਹ ਵੀ ਉਹੀ ਸੱਚ ਰਹੇਗਾ। ਗੁਰਬਾਣੀ, ਗੁਰੂ ਦਾ ਹੁਕਮ, ਤ੍ਰੈ ਕਾਲ ਸੱਚ ਹੈ, ਪਿੱਛੇ ਵੀ ਸੀਗਾ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗਾ, ਦੁਨੀਆਂ ਖਤਮ ਹੋਣ ਦੇ ਕਿਨਾਰੇ ਹੋਏਗੀ ਉਦੋਂ ਵੀ ਇਹ ਸੱਚ ਕਾਇਮ ਰਹੇਗਾ। ਅਤੇ ਅਸੀਂ ਗੁਰੂ ਦੀ ਗੱਲ ਮੰਨਣੀ ਹੈ, ਅਸੀਂ ਮੈਜੋਰਿਟੀ ਵੱਲ ਨਹੀਂ ਜਾਣਾ। ਗੁਰੂ ਨੇ ਕਿਹਾ ਖਾਲਸਾ ਨਿਆਰਾ ਰਹਿਣਾ ਹੈ ਤਾਂ ਉਹ ਨਿਆਰਾ ਹੀ ਸ਼ੋਭਦਾ ਹੈ, ਉਹ ਭੇਡ ਬਣ ਕੇ ਨਹੀਂ ਸ਼ੋਭਦਾ, ਉਹ ਪਿੰਜਰੇ ਦਾ ਤੋਤਾ ਬਣ ਕੇ ਨਹੀਂ ਸ਼ੋਭਦਾ, ਉਹ ਖੁੱਲ੍ਹਾ ਹੀ ਵਿਚਰਨਾ ਚਾਹੀਦਾ, ਉਹਦੇ 'ਤੇ ਬੰਦਿਸ਼ਾਂ ਨਹੀਂ ਹੈਗੀਆਂ। ਉਹਨੇ ਦੁਨੀਆਂ ਦੀ ਚਾਲ ਨਹੀਂ ਚੱਲਣਾ, ਉਹਨੇ ਗੁਰੂ ਦੀ ਚਾਲ ਚੱਲਣਾ, ਜੋ ਗੁਰੂ ਕਹਿੰਦਾ ਉਸੇ ਅਨੁਸਾਰ ਹੀ ਚੱਲੇਗਾ। ਉਹ ਇਹ ਨਹੀਂ ਕਰੇਗਾ ਵੀ ਆਹ ਦੁਨੀਆਂ ਇਸ ਤਰ੍ਹਾਂ ਕਰਦੀ ਪਈ ਹੈ, ਹੁਣ ਤਾਂ ਲੋਕ ਪੱਗਾਂ ਨਹੀਂ ਬੰਨਦੇ, ਹੁਣ ਤਾਂ ਸਪਾਈਕੀ ਹੇਅਰ ਕਰਦੇ ਨੇ, ਹੁਣ ਤਾਂ ਹੇਅਰ ਡੂ ਕਰਦੇ ਨੇ, ਮੈਂ ਵੀ ਇਹੀ ਕੁਲਚ ਲਗਾਂਗਾ। ਉਹ ਗੁਰੂ ਦਾ ਹੁਕਮ ਨਹੀਂ ਮੰਨ ਰਿਹਾ, ਸਿੱਖ ਕਹਾਉਂਦਾ ਕਹਿੰਦਾ ਆਪਣੇ ਆਪ ਨੂੰ, ਪਰ ਸਿੱਖ ਨਹੀਂ ਹੈ ਗੁਰੂ ਦੇ ਹੁਕਮ ਵਿੱਚ। ਸੋ ਇਹ ਕਹਿਣਾ ਵੀ ਬਹੁਤੇ ਲੋਕ ਕਰਦੇ ਪਏ ਨੇ ਅਤੇ ਇਹੀ ਚੰਗਾ, ਉਹ ਸਿੱਖੀ ਵਿੱਚ ਠੀਕ ਨਹੀਂ ਹੈ, ਇਹਨੂੰ ਸੱਚ ਮੰਨ ਲੈਣਾ ਹੀ ਸਾਡੇ ਵਾਸਤੇ ਚੰਗਾ ਰਹੇਗਾ। ਔਰ ਇਹੀ ਗੱਲ ਹਰ ਤਰੀਕੇ ਦੇ ਰੋਮਾਂ ਦੀ ਬੇਅਦਬੀ ਦੀ ਹੈ, ਚਾਹੇ ਉਹ ਅਸੀਂ ਕੇਸਾਂ ਦੀ ਬੇਅਦਬੀ ਕਰੀਏ ਸਿਰ ਦੀ, ਚਾਹੇ ਦਾੜੇ ਦੀ ਕਰੀਏ, ਚਾਹੇ ਮੁੱਛਾਂ ਦੀ ਕਰੀਏ, ਚਾਹੇ ਪਰਵੱਟਿਆਂ ਦੀ ਕਰੀਏ, ਇਹ ਸੱਚ ਸਾਰਿਆਂ ਵਾਸਤੇ ਲਾਗੂ ਹੈ। ਕਿਸੇ ਰੂਪ ਵਿੱਚ ਵੀ ਬੇਅਦਬੀ ਹੋ ਰਹੀ ਹੈ ਕੇਸਾਂ ਦੀ, ਉਹ ਹਮੇਸ਼ਾ ਹੀ ਬੇਅਦਬੀ ਹੈ, ਗੁਰੂ ਦੇ ਹੁਕਮ ਤੋਂ ਉਲਟ ਹੈ। ਹੁਣ ਮਹਾਰਾਜ ਕਿਤੇ ਕਿਰਪਾ ਕਰਦੇ ਨੇ, ਕਿਹਦਾ ਮਨ ਪਸੀਜਦਾ ਹੈ, ਕਿਹੜਾ ਗੁਰੂ ਦੇ ਚਰਨੀ ਲੱਗਣ ਨੂੰ ਤਿਆਰ ਹੁੰਦਾ ਹੈ, ਕਿਹੜਾ ਇਹ ਆਪਣੀ ਮਨਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰਨ ਨੂੰ ਤਿਆਰ ਹੁੰਦਾ ਹੈ, ਇਹ ਉਹਦੇ ਵੱਡੇ ਭਾਗ ਨੇ। ਹੁਣ ਭਾਗ ਗੁਰੂ ਦੀ ਆਵਾਜ਼ ਉਹ ਸ਼ੇਰ ਦੀ ਦਹਾੜ ਤਾਂ ਪੈ ਰਹੀ ਹੈ, ਰੋਜ਼ ਪੈਂਦੀ ਹੈ, ਨਿਤਨੇਮ ਕਰਦੇ ਹਾਂ ਉਦੋਂ ਦਹਾੜ ਪੈ ਰਹੀ ਹੈ, ਜਦੋਂ ਅਸੀਂ ਗੁਰਦੁਆਰੇ ਜਾਂਦੇ ਉਦੋਂ ਦਹਾੜ ਪੈ ਰਹੀ ਹੈ, ਰਾਤ ਨੂੰ ਸੋਧਾ ਦਾ ਪਾਠ ਕਰਦੇ ਤਾਂ ਦਹਾੜ ਪੈ ਰਹੀ ਹੈ, ਸਵੇਲੇ ਦਾ ਪਾਠ ਕਰਦੇ ਹਾਂ ਦਹਾੜ ਪੈ ਰਹੀ ਹੈ ਸ਼ੇਰ ਦੀ। ਹੁਣ ਅਸੀਂ ਮੇਮਣਿਆਂ ਬਣ ਕੇ ਰਹਿਣਾ, ਇਹ ਸਾਡੀ ਮਰਜ਼ੀ ਹੈ, ਅਸੀਂ ਅੰਦਰ ਆਪਣੀ ਉਦਹਾੜ ਪ੍ਰਗਟ ਕਰਨੀ ਹੈ ਅਤੇ ਅਸੀਂ ਸ਼ੇਰ ਬਣਨਾ, ਇਹ ਸਾਡੀ ਮਰਜ਼ੀ ਹੈ। ਹੁਣ ਅਸੀਂ ਕੋਸ਼ਿਸ਼ ਕਰਨੀ ਹੈ ਵੀ ਕਿੱਧਰ ਨੂੰ ਤੁਰਨਾ, ਅਸੀਂ ਬਹੁ ਗਿਣਤੀ ਦੇ ਨਾਲ ਜਾਣਾ ਜਾਂ ਗੁਰੂ ਦੀ ਸ਼ਰਨ ਵਿੱਚ ਜਾਣਾ, ਇਹ ਸਾਡੀ ਮਰਜ਼ੀ ਹੈ। ਹੁਣ ਇੱਥੇ ਗਾ ਕੇ ਸਾਨੂੰ ਸੋਚਣਾ ਪਵੇਗਾ, ਔਰ ਇਹ ਸੋਚ ਸਾਡੇ ਦਿਮਾਗ ਵਿੱਚ ਹਮੇਸ਼ਾ ਆਉਂਦੀ ਹੈ। ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕੁਕਰਮ ਕਰਦਾ ਹੈ ਉਹ ਚਾਰ ਵਾਰ ਸੋਚਦਾ ਜ਼ਰੂਰ ਹੈ, ਉਹਦੇ ਮਨ ਵਿੱਚ ਜ਼ਰੂਰ ਆਉਂਦਾ ਹੈ, ਇਹ ਸੱਚ ਹੈ, ਚਾਹੇ ਮੰਨੇ ਨਾ ਮੰਨੇ। ਜਿਹਨੂੰ ਪਤਾ ਹੈ ਵੀ ਕੇਸਾਂ ਦੀ ਬੇਅਦਬੀ ਗੁਰੂ ਦੇ ਹੁਕਮ ਵਿੱਚ ਪਰਵਾਹ ਨਹੀਂ ਹੈ, ਉਹ ਮਨ ਵਿੱਚ ਜ਼ਰੂਰ ਸੋਚਦਾ ਜਦੋਂ ਉਹ ਬੇਅਦਬੀ ਕਰ ਰਿਹਾ ਹੁੰਦਾ, ਪਰ ਉਹਦਾ ਜਿਹੜਾ ਮਨਮਤ ਹੈ ਉਹਦੇ ਹਾਵੀ ਹੋ ਜਾਂਦੀ ਹੈ, ਉਸ ਵੇਲੇ ਉਹ ਲਾਚਾਰਗੀ ਮਹਿਸੂਸ ਕਰਦਾ ਪਿਆ, ਕਿਉਂਕਿ ਉਹ ਬਹੁ ਗਿਣਤੀ ਦੇ ਪ੍ਰਭਾਵ ਵਿੱਚ ਹੈ, ਉਹਨੂੰ ਗੁਰੂ ਦਾ ਉਪਦੇਸ਼ ਹਾਲੇ ਪੂਰੀ ਦਹਾੜ ਪੂਰੀ ਸੁਣ ਨਹੀਂ ਰਹੀ ਹੈ, ਇਸ ਕਰਕੇ ਉਹ ਪਿੱਛੇ ਪੈ ਰਿਹਾ। ਜਿਸ ਦਿਨ ਦਹਾੜ ਸੁਣੀ ਆਪਣੇ ਆਪ ਆ ਜਾਏਗਾ, ਜਿਸ ਦਿਨ ਸੱਚੀ ਦਹਾੜ ਅੰਦਰ ਆ ਗਈ, ਜਿਸ ਦਿਨ ਉਹ ਤੋਤਿਆਂ ਦੀ ਅਸਲ ਗੱਲ ਉਹਨੂੰ ਸਮਝ ਆ ਗਈ, ਉਹ ਸੱਚਾ ਸਿੱਖ ਬਣ ਜਾਏਗਾ, ਆ ਜਾਏਗਾ। ਇਸ ਕਰਕੇ ਇਹ ਦਹਾੜ ਦੇ ਵਿੱਚ ਇਸ ਦਾਇਰੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਜੇ ਮਨ ਕਮਜ਼ੋਰ ਹੈ ਉਹ ਪੱਕਾ ਕਿਵੇਂ ਹੋਏਗਾ, ਪੱਕਿਆਂ ਦੇ ਨਾਲ ਰਲ ਕੇ ਬੁਝਿਆ ਦੀਵਾ ਨਵਾਂ ਦੀਵਾ ਨਹੀਂ ਜਗਾ ਸਕਦਾ, ਜਗਿਆ ਦੀਵਾ ਹੀ 100 ਦੀਵੇ ਹੋਰ ਜਗਾ ਸਕਦਾ ਹੈ। ਜਗਿਆ ਦੀਵਾ ਗੁਰੂ ਦੀ ਜੋਤ ਹੈ, ਗੁਰਬਾਣੀ ਹੈ, ਗੁਰਸੰਗਤ ਹੈਗੀ ਹੈ, ਸੰਗਤ ਵਿੱਚ ਆਵਾਂਗੇ ਸਾਡਾ ਦੀਵਾ ਜਗਣ ਦੇ ਚਾਂਸਿਸ ਹੈਗੇ ਨੇ, ਜੇ ਨਹੀਂ ਆਵਾਂਗੇ ਤਾਂ ਅਸੀਂ ਉਹ ਬੁਝੇ ਦੀਵੇ ਤੁਰੇ ਰਹਾਂਗੇ।
ये आज मन कमजोर है, आज मन नहीं मन रहा, लगे रहो गुरु की शरण में आई जाओ, क्योंकि थानू पता लग गया की गलत है की ठीक है, थानू पता लग गया जेड़े केड़े कर्म गुरु की निगाह में ठीक नहीं ने, थानू ये पता लग गया है, पर थोड़ा मन हाले बलवान नहीं हो रहा, की करोंगे? ये ना समझो भी हम साडे मन तो उल्ट गल हो रही है, असं हम दूर हो जाइए, जो दूर होवोंगे तो बहुत ही दूर चले जावे, फिर वापस आने वास्ते साढ़े को चारा नहीं रहना। ਤੁਸੀਂ ਸਤਿਦੀਪ ਸਿੰਘ ਦੀ ਮੂਵੀ ਦੇਖੀ ਹੈ ਬਲਾਈਂਡ ਜਰਨੀ, ਛੋਟੀ ਜੀ 5 ਮਿੰਟਸ ਦੀ ਬਲਾਈਂਡ ਜਰਨੀ ਕਿਹਨੇ ਕਿਹਨੇ ਦੇਖੀ ਹੈ? ਮੈਂ ਸੰਖੇਪ ਵਿੱਚ ਦੱਸ ਦਿੰਦਾ ਬਲਾਈਂਡ ਜਰਨੀ 'ਚ ਕੀ ਹੈਗਾ, ਇੱਕ ਬੱਚੀ ਬਾਹਰ ਪਾਰਕ ਵਿੱਚ ਬੈਠੀ ਹੈ ਅਤੇ ਉਹਦੇ ਕੋਲ ਇੱਕ ਫੁੱਟਬਾਲ ਆ ਕੇ ਡਿੱਗਦੀ ਹੈ, ਬਾਲ ਚੱਕਦੀ ਹੈ ਅਤੇ ਇੱਕ ਬੱਚਾ ਆਉਂਦਾ ਹੈ, ਬੜਾ ਹੀ ਸੋਹਣਾ ਦੁਮਾਲਾ ਸਜਾਇਆ ਹੋਇਆ, ਬਾਣਾ ਪਾਇਆ, ਉੱਤੇ ਸਿਰੀ ਸਾਹਿਬ ਸਜਾਈ ਹੋਈ, ਉਹ ਬੱਚਾ ਆ ਕੇ ਕਹਿੰਦਾ ਆਂਟੀ ਮੇਰੀ ਬਾਲ ਦੇ ਦਿਓ, ਉਹਨੂੰ ਬਹੁਤ ਪਿਆਰਾ ਲੱਗਦਾ, ਉਹਨੂੰ ਬੜੇ ਪਿਆਰ ਨਾਲ ਗੱਲ ਕਰਦੀ ਹੈ, ਉਹਨੂੰ ਕਹਿੰਦੀ ਤੇਰਾ ਨਾਂ ਕੀ ਹੈ, ਆਪਣਾ ਨਾਂ ਦੱਸਦਾ ਸਿੰਘ ਲਾ ਕੇ, ਅਤੇ ਉਹ ਬਾਲ ਲੈ ਕੇ ਚਲੇ ਜਾਂਦਾ ਆਪਣੀ ਮਾਂ ਨਾਲ ਖੇਡੋ, ਅਤੇ ਉਹਦੇ ਮਾਪੇ ਬੈਠੇ ਨੇ ਉਹ ਵੀ ਤਿਆਰ ਪ੍ਰਤਿਆਰ ਸਿੰਘ, ਅਤੇ ਉਹ ਜਦ ਉਹਨਾਂ ਨਾਲ ਗੱਲ ਦੇਖਦੀ ਹੈ ਅਤੇ ਉਹਨੂੰ ਫਲੈਸ਼ਬੈਕ ਹੁੰਦੀ ਹੈ, ਕਿਉਂਕਿ ਉਹ ਬੱਚੀ ਸਿੱਖਾਂ ਦੀ ਸੀ, ਉਹਨੇ ਗੈਰ ਸਿੱਖ ਨਾਲ ਵਿਆਹ ਕਰਾਇਆ, ਕਿਉਂਕਿ ਉਹ ਬਹੁਤ ਗਿਣਤੀ ਦੇ ਪ੍ਰਭਾਵ ਵਿੱਚ ਆ ਗਈ ਸੀਗੀ, ਉਹਨੂੰ ਸਿੱਖ ਹੀ ਸਰੂਪ ਚੰਗਾ ਨਹੀਂ ਲੱਗਣ ਲੱਗਿਆ, ਉਹਨੇ ਕਿਹਾ ਨਹੀਂ ਇਹ ਨਹੀਂ ਹੈ, ਬਹੁਤ ਗਿਣਤੀ ਸੋਹਣਾ ਇਹਨੂੰ ਮਿਲਦੀ, ਮੈਂ ਤਾਂ ਇਹਦੇ ਨਾਲ ਵਿਆਹ ਕਰਾਉਣਾ, ਔਰ ਉਹਦੇ ਨਾਲ ਵਿਆਹ ਕਰਾ ਬੈਠੀ। ਜਦ ਪਹਿਲੇ ਦਿਨ ਘਰ ਗਈ ਅਤੇ ਉਹਨੇ ਆਪਣਾ ਨਾਂ ਦੱਸਿਆ, ਉਹਦੀ ਸੱਸ ਕਹਿੰਦੀ ਨਹੀਂ ਤੇਰਾ ਮਾਂ ਨਾ ਅੱਜ ਤੋਂ ਕੌਰ ਵਾਲਾ ਨਹੀਂ, ਅੱਜ ਤੋਂ ਤੇਰੇ ਨਾਲ ਕੁਛ ਹੋਰ ਹੋਏਗਾ, ਸ਼ਾਂਤੀ ਹੋਏਗਾ, ਕੁਛ ਹੋਰ ਹੋਏਗਾ। ਨਿਆਣਾ ਹੋਇਆ, ਬੱਚੇ ਦੇ ਥੋੜ੍ਹੇ ਥੋੜ੍ਹੇ ਕੇਸ ਆਏ, ਉਹਦਾ ਮੁੰਡਨ ਕਰਾਤਾ, ਉਹਨੂੰ ਹਰ ਸਟੇਜ 'ਤੇ ਜਦੋਂ ਉਹ ਜਾ ਰਹੀ ਸੀਗੀ ਉਹਦਾ ਪਿਤਾ ਨੇ ਸਮਝਾਇਆ, ਬੱਚੀ ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ, ਮੈਂ ਆਪਣੇ ਵੱਲੋਂ ਤਿਆਰੀ ਕੀਤੀ, ਮੈਂ ਤੈਨੂੰ ਸਿੱਖੀ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ, ਤੈਨੂੰ ਬਹੁਤ ਸਮਝਾਇਆ, ਹੁਣ ਤੂੰ ਨਹੀਂ ਸਮਝ ਰਹੀ ਹੈ, ਤੂੰ ਕੁਰਾਹੇ ਪੈ ਰਹੀ ਹੈ, ਤੂੰ ਸਿੱਖੀ ਤੋਂ ਗੁਰੂ ਤੋਂ ਦੂਰ ਜਾ ਰਹੀ ਹੈ, ਉਹਨੇ ਤੇਰੇ ਭਾਗ ਨੇ, ਅੱਜ ਤੋਂ ਬਾਅਦ ਆਪਣੇ ਸਾਰੇ ਕਰਮਾਂ ਦੀ ਜ਼ਿੰਮੇਵਾਰ ਤੂੰ ਹੋਏਂਗੀ, ਅਸੀਂ ਤਾਂ ਆਪਣਾ ਕੰਮ ਕਰ ਬੈਠੇ ਹਾਂ। ਵਾਹਿਗੁਰੂ। ਮਾਪੇ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਨੇ, ਪਰ ਜਦੋਂ ਅਸੀਂ ਆਪਣੀ ਮਤ ਧਾਰਨ ਕਰਦੇ ਹਾਂ, ਅਸੀਂ ਜਵਾਨ ਹੁੰਦੇ ਹਾਂ ਅਤੇ ਜਵਾਨੀ ਦੀ ਰੈਲੀ 'ਚ ਪੈਰ ਧਰਦੇ ਹਾਂ, ਸਾਨੂੰ ਆਲਾ ਦੁਆਲਾ ਬਹੁਤ ਪ੍ਰਭਾਵਿਤ ਕਰਦਾ, ਕਿਉਂਕਿ ਅਸੀਂ ਗੁਰੂ ਤੋਂ ਵਿਛੜੇ ਹੋਏ ਸੀਗੇ, ਸਾਨੂੰ ਉਹ ਚੰਗਾ ਲੱਗਣ ਲੱਗ ਪਿਆ, ਅਸੀਂ ਮਾਪਿਆਂ ਦੀ ਵੀ ਗੱਲ ਨਹੀਂ ਮੰਨੀ। ਆਪਣੇ ਫਲੈਸ਼ਬੈਕ ਯਾਦ ਆਏ, ਉਹ ਪੁਰਾਣੀਆਂ ਯਾਦਾਂ ਯਾਦ ਆਈਆਂ, ਜਦੋਂ ਸਿੱਖੀ ਘਰ ਵਿੱਚ ਜਨਮ ਰਹਿੰਦੀ ਸੀ, ਸਿੱਖ ਪਰਿਵਾਰ ਵਿੱਚ ਰਹਿੰਦੀ ਸੀ, ਉਹਨੂੰ ਵਾਰ ਵਾਰ ਯਾਦ ਆਉਂਦਾ ਸੀਗਾ, ਪਰ ਉਹ ਪਛਤਾਵੇ ਦਾ ਸਮਾਂ ਰਹਿ ਗਿਆ ਸੀਗਾ, ਹੁਣ ਵਾਪਸ ਆਉਣਾ ਉਸ ਵਾਸਤੇ ਬਹੁਤ ਔਖਾ ਹੋ ਗਿਆ, ਹੁਣ ਮੁੜਨਾ ਬੜਾ ਔਖਾ ਸੀ। ਸੋ ਇਹ ਸੱਚਾਈ ਸਾਡੇ ਨਾਲ ਬੀਤਦੀ ਹੈ, ਇਹ ਹੁੰਦਾ। ਸੋ ਜਦੋਂ ਸਮਾਂ ਹੁੰਦਾ, ਹੁਣ ਵੱਤੇ ਹਰਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਜਦੋਂ ਸਮਾਂ ਹੁੰਦਾ ਉਦੋਂ ਸੰਭਾਲ ਲੈਣਾ ਚਾਹੀਦਾ, ਸਮੇਂ ਅਨੁਸਾਰ ਕੁਰਤਾ ਬੀਜ ਬੀਜੀਏ ਨਾਪਨ ਪਾਕਿਆ, ਹਾਂਜੀ ਕੁਰਤਾ ਜਦੋਂ ਬੀਜ ਬੀਜਾਂਗੇ ਨਾ ਉਦੋਂ ਕੁਛ ਨਹੀਂ ਨਿਕਲਦਾ, ਉਹਦਾ ਅਸਰ ਮਾੜਾ ਹੀ ਹੁੰਦਾ। ਆਨ ਰੁੱਤੀ ਆਨ ਬੋਈ ਹੈ, ਫਲ ਨਾ ਫੁੱਲੇ ਤਾਂ ਹੈ, ਹੋਰ ਰੁੱਤ ਵਿੱਚ ਹੋਰ ਫਲ ਦਾ ਬੀਜ ਪਾਈਏ, ਨਾ ਉਹ ਫਲ ਨਿਕਲੇਗਾ, ਨਾ ਉਹ ਫਲੀਪੂਤ ਹੋਏਗਾ, ਨਾ ਉਹ ਪੇੜ ਦਰਖਤ ਬਣੇਗਾ। ਸੋ ਜਦੋਂ ਸਮਾਂ ਸੀਗਾ, ਜਦੋਂ ਅਸੀਂ ਜਵਾਨੀ ਵਿੱਚ ਸੀਗੇ, ਉਦੋਂ ਸਮਾਂ ਸੀ ਸਾਡਾ ਗੁਰੂ ਦੇ ਨਾਲ ਜੁੜੇ ਰਹਿਣ ਦਾ, ਪਰ ਜਦੋਂ ਅਸੀਂ ਉੱਥੋਂ ਗੁਰੂ ਨੂੰ ਤਿਲਾਂਜਲੀ ਦਿੱਤੀ, ਅਸੀਂ ਬਹੁ ਗਿਣਤੀ ਦੇ ਪ੍ਰਭਾਵ ਵਿੱਚ ਚਲੇ ਗਏ ਅਤੇ ਅਸੀਂ ਨੁਕਸਾਨ ਕਰਾ ਲਿਆ। ਹੁਣ ਜੋ ਕੁਛ ਹੋ ਰਿਹਾ ਨਾ, ਇਹਦੇ ਪਿੱਛੇ ਵੀ ਬਹੁਤ ਵੱਡੀ ਗੇਮ ਹੈ, ਇਹ ਕੋਪਰੇਟਾਈਜੇਸ਼ਨ ਹੈਗੀ ਹੈ, ਇਹ ਜਿਹੜੀਆਂ ਵੱਡੀਆਂ ਵੱਡੀਆਂ ਬਿਊਟੀ ਪ੍ਰੋਡਕਟਸ ਦੀ ਕੰਪਨੀਜ਼ ਹੈਗੀਆਂ ਨੇ, ਇਹਨਾਂ ਦਾ ਘਰ ਹੈ ਸਾਰਾ, ਇਹਨਾਂ ਨੇ ਆਪਣੇ ਪ੍ਰੋਡਕਟਸ ਵੇਚਣੇ ਨੇ, ਉਹ ਵੇਚਣ ਵਾਸਤੇ ਆਹ ਸਾਰੇ ਮਿਸ ਯੂਨੀਵਰਸ ਮਿਸ ਇੰਡੀਆ ਬਾਰੇ ਐਸਾ ਦੇ ਪੇਜੈਂਟਸ ਹੁੰਦੇ ਨੇ, ਐਸਾ ਦੇ ਕੰਪਟੀਸ਼ਨਸ ਹੁੰਦੇ ਨੇ, ਕਿਉਂਕਿ ਹੁਣ ਇੱਕ ਮਿਸ ਇੰਡੀਆ ਨੂੰ ਦੇਖ ਕੇ ਸਾਰੀਆਂ ਦੇ ਸਾਰੀਆਂ ਉਹੋ ਜਿਹਾ ਬਣਨਾ ਲੋੜਨਗੀਆਂ, ਕਿਉਂਕਿ ਉਹ ਰੋਲ ਮਾਡਲ ਬਣ ਗਿਆ ਸਾਡੇ ਬੱਚਿਆਂ ਦਾ, ਇਸ ਤਰ੍ਹਾਂ ਹੀ ਫਿਲਮਾਂ ਦਾ ਹੀਰੋ ਸਾਡੇ ਬੱਚਿਆਂ ਦਾ ਰੋਲ ਮਾਡਲ ਬਣ ਗਿਆ, ਉਹ ਜਿਹੋ ਜਿਹਾ ਹੈ ਉਹ ਉਹੋ ਜਿਹਾ ਬਣਨਾ ਚਾਹੁੰਦਾ। ਹੁਣ ਬਿਊਟੀ ਪ੍ਰੋਡਕਟਸ ਵਿਕਣਗੇ,
जो सारे एक मिस इंडिया के चक्कर जो 100 करोड़ या 20-25 करोड़ बच्चियां मिस यूनिवर्स वाल तुर पैणगियां तो समझो उन्हां दा किन्ना माल बिकेगा। असी अपने पल्लों खर्च के अपने मापिया की बहुत ही मेहनत की कमाई उत्थे जाया करते हैं, नाले तो पैसा भी गवाया, नाले अपने मापिया की खुश मापिया तो भी बागी होए तो नाले अपने गुरु तो भी बेमुख हो गए। लाभ कि होया उन्होंने कंपनियों हो गया। फेयर एंड लवली गुरु ने बड़ा सोहना रूप दिता सीगा। गुरु ने दस सावल सुंदर रामैया मेरा मन ला गया तुम्हें, उन्हें सावले रंग में भी बड़ा प्यार किया पर नहीं सानू सावला रंग चंगा नहीं लगता, असी फेयर एंड लवली चक लिया है गोरा होना। वो फेयर एंड लवली गोरा होने वास्ते बीबिया ना लगियां चोरी छिपे मुंडे लाने लग पे। उन्होंने देखिया सर्वे कराया भी कुड़ियों नालों ज़्यादा तो मुंडे वरतते पे ने फेयर एंड लवली, वो लुक छिप के वरतते ने। उन्होंने कहते फेयर एंड हैंडसम बना दो, खुल के वरतनगे मुंडे हम फेयर एंड हैंडसम लै रहे हैं गोरे बनने वास्ते। अगे तो जिहड़ा हीरो सीगा वो सिर्फ सिर मूँह मनाउंदा सीगा, हुण तो सारे शरीर के बाल ही और सफा चट करता है कि छाती नंगी करके शाहरुख खान ऋतिक रोशन बिल्कुल ऐन चमकती छाती होंदी है। हुण सारे साडे बच्चे उधर तुरनगे क्योंकि उन्होंने उन्होंने वर्गा बनना है ना, उन्होंने टोटल ही हुण किन्ना दुख तक चलते हैं जो उन्होंने बार बार ये केस सारे शरीर तो लाने ने किन्नी तकलीफ होनी है, पर उहदे नाल उन्होंने कंपनियों का काम चलता है। उन्होंने कहिंदे ने इस तरह का बनो, उन्होंने पैसे लेने होंदे ने, एक एक हीरो 6-6 करोड़ रुपया एक एक फिल्म का लैंदा, असी की लिता असी तो गवा लिया उन्होंने फॉलो करके, ठीक है ना। 6 करोड़ तो उन्हें ले लिया, उन्हें जो एक फेयर एंड हैंडसम की एडवरटीजमेंट की तो वह 3-4 करोड़ रुपया मिल गया, पर कंपनी ने 37 करोड़ कमा ले क्योंकि साढ़े वर्गे साढ़े नौजवान वो भी फेयर एंड हैंडसम बनना चाहते थे उधर तुर पे। नुकसान हो गया क्योंकि असी गुरु के मत पर नहीं तुरे, सानू गुरु की मत चंगी नहीं लग रही सी क्योंकि सानू दूजी मत जिहड़ी है वह चंगी लगन लग पई सी। उहदा कारण यह सी कि असी गुरु के प्यारियां तो गुरु की संगत तो दूर होंदे जाए पे। उहदा एक होर कारण भी है, साढ़े प्रबंधक भी उहदा दोष उहदा उहदे भागीदार ने उस दोष के क्योंकि साढ़े गुरुद्वारे साहिबान में भी बहुत कुछ जिहड़ा गुरमत तो उल्ट होना शुरू हो गया सीगा। नौजवानों नूं लग्गिया भी जे गुरुद्वारे में भी यह कुछ हो रहा तो असी की करना इत्थे, हर रोज़ ही असीं सोचते हैं भी साड़ी कमेटियां की करदी पईआं ने, 900 करोड़ का बजट 300 करोड़ का बजट हाँ जी कित्थे लग रहा है, कौम ते तां लगदा दिखदा नहीं पिया जा कित्थे रहा 900 करोड़ रुपया साल का, की कुछ हो सकता है पूरी काया पलटी जा सकती है, पर नहीं वो कितने होर लगना है क्योंकि उन्होंने पिछे होर ताकत ने उन्होंने कितने होर तोड़ रही ने, उन्होंने गुरमत के प्रचार वाल नहीं लगन देना, उन्होंने नहीं चाहिए जागरूक सिख क्योंकि उन्होंने क्वेश्चन करे तुम आ गलत करते पे हो। फिर भाई साहब वागू होंगे जब एक भाई साहब ने उन्होंने गुरद्वारा साहब चो उन्होंने एंट्री बंद हो गई, जो 4-5-20 भाई साहब हो जाएंगे गुरुद्वारे को मुश्किल हो जाएगा, जो अभी सारे ही वह जो हो जाएंगे ना उन्ने सुचेत हो जाएंगे फिर इन प्रबंधकों भी सोचना पड़ेगा भी हूँ तो मेजोरिटी इन्हों की होंगी जा रही है हूँ कुछ करिए क्योंकि मेजोरिटी नहीं है। असी गुरद्वारा सिर्फ एक कर्मकांड का घर बना लिया, असी जाने देख कराने पैसे देने सुखनी सादा पाठ पैसे देने अखंड पाठ, असी आप गुरु तो टुट के माया साढ़े को बथेरी आ रही है, असी माया न सोचते असी गुरु की खुशी खरीद लवेंगे ये होंदा नहीं है क्योंकि गुरु ने तो पहले कहता सीगा ਲੈ ਪਾਠ ਕਰੇ ਵਿਆਹ ਜੇ ਉਹਨਾਂ ਨੇ ਮੁੱਲੇ ਨੂੰ ਕਿਹਾ ਜੇ ਬਾਹਮਣ ਨੂੰ ਕਿਹਾ ਜੋ ਕੁਛ ਉਹ ਸਾਡੇ 'ਤੇ ਵੀ ਲਾਗੂ ਹੈ ਉਹ ਸਾਡੇ ਵਾਸਤੇ ਹੀ ਕਿਹਾ ਗਿਆ ਸੀ, ਮਤਲਬ ਤੁਸੀਂ ਵੀ ਇਹਨਾਂ ਦੇ ਰਸਤੇ ਤੁਰ ਪਿਓ ਪਰ ਅਸੀਂ ਤੁਰ ਪਏ ਹਾਂ, ਇਹ ਸਾਡੇ ਆਹੋ ਭਾਗ ਸਾਡੇ ਮੰਦੇ ਭਾਗ ਨੇ ਵੀ ਅਸੀਂ ਇਹੋ ਜਿਹੇ ਕੰਮ ਕਰਨ ਲੱਗਦੇ ਹਾਂ। ਰੋਲ ਮਾਡਲ ਆਪਣਾ ਉਹ ਚੁਣੋ ਜਿਹੜਾ ਸਾਨੂੰ ਗੁਰੂ ਦੇ ਵੱਲ ਲੈ ਕੇ ਜਾਵੇ, ਇਹ ਰੋਲ ਮਾਡਲ ਜਿਹੜੇ ਨੇ ਨਾ ਇਹ ਰੋਲ ਮਾਡਲ ਫੇਕ ਨੇ, ਕੱਲ੍ਹ ਦੱਸਿਆ ਨਾ ਫਿਲਮਾਂ 'ਚ ਤਾਂ ਬਥੇਰੀਆਂ ਜੇਲ੍ਹਾਂ ਤੋੜਦਾ ਅਸਲ ਜ਼ਿੰਦਗੀ ਵਿੱਚ ਕਿਉਂ ਫਸਿਆ ਬੈਠਾ, ਝੂਠੀਆਂ ਪੈਰੋਲਾਂ ਲੈ ਲੈ ਕੇ ਆ ਰਿਹਾ, ਕਦੇ ਘਰ ਵਾਲੀ ਬਿਮਾਰ ਹੈ ਕਦੇ ਕੁਛ ਹੈ, ਝੂਠੀਆਂ ਪੈਰੋਲਾਂ ਦੇ ਕੇ ਸਰਕਾਰ ਵੀ ਉਹਦਾ ਸਾਥ ਦੇ ਰਹੀ ਹੈ। ਪਤਾ ਕਿੰਨਾ ਮੁੱਲ ਸੀਗਾ ਕਹਿੰਦੀ, ਜੇ ਕੋਈ ਸਿੱਖ ਦੀ ਖਬਰ ਦੇ ਦੇਵੇ ਫਲਾਣੇ ਪਿੰਡ ਵਿੱਚ ਸਿੱਖ ਪਾਸੇ ਦੇਖਿਆ 15 ਰੁਪਏ ਪਿੰਡ ਦੱਸਣਾ, ਸਿਰਫ ਤੁਸੀਂ ਫਲਾਣੇ ਸਿੱਖ ਪਿੰਡ ਵਿੱਚ ਸਿੱਖ ਰਹਿੰਦਾ
15 रुपए, तुम पिंड सिख के घर की निशानदेही कर दौ 35 रुपए, तुम सिख का सिर बढ़ के लियाओ 80 रुपए, आप 35 रुपए ले लें। हूँ उदो की होंगे सगा सिंह जंगलों रेंदे से और सिर लैके जाना पैंता सगा पैसे लैन वास्ते इनाम लैन वास्ते, उन्होंने की करना सिरिया बीबिया के सिर वढ़ते हैं क्योंकि जुड़ तो होंगे सके सिर से जुड़े तो होंगे से बीबिया के, वो बीबिया सिर वढ़ के लै जाते और 35 रुपए 80 रुपए लै लें। जो 35 रुपए भी लेंदे हुए 2 टके आप 2 पैसे मान लीए 1750 टन 1750 गुणा वैल्यू उन्होंने पाई साड़ी, 2 रुपए की थान पर 80 रुपए 1750% बनना है। 2000 टाइम्स वो जुर्माने ने साड़ी वैल्यू पाती, कीमत तो कोई भी नहीं है क्योंकि उन्होंने भी पता नहीं सी कीमत का, वो तो मार्केट है ना जिथे मन गया बंदा उथे टिका लिया। जे उन्ने होर असी रेयर होंगे तो हो सकता 35 का 80 का 100 भी होंगे जो असी उन्ने दरन होंगे। ये साड़ी कीमत है बच्चियो जो थानू गुरु ने सरूप बख्शिया, कोई कीमत नहीं, दुनिया की कोई भी ताकत थोड़ा मुल नहीं पा सकती जे तुसी गुरु के सरूप में आई हो और इनू निश्चा करके जान लो और गुरु के जेडे जेडे गुरु के चरणों में जुड़ गए ने वो बड़े भगा वाले ने, पर सिर्फ रूप धारण कर लिया इतने गल नहीं मुकती। आप हम क्योंकि समा थोड़ा है तो इन आप पूरा करिए जो टॉपिक साढ़े को है तो मैं जी गल कर रहा सी सिखी महाराज ने बख्शती सानू सरूप बख्शता असं गुरु के लड़ लग गए सानू साढ़े को अमृत की दात आ गई असं नितनेमी हो गए हैं पर मार्ग हरे बहुत व्डा है हरे बहुत दूर तक जाना है तो कहोजा होना चाहिए कहोजा होना चाहिए हर का सेवक सो हर जी सेवना जाणो मानस देहा मनुख दे देह विच भी वो हरि दा रूप होना चाहिए यही साढ़े वास्ते मापदंड है ता साड़ा जीवन सफल है। हुण आपां उपर लिख के देखिए भी कहोजा होना चाहिए तुसीं क्वालिटीज दसो हरि गुरु वाहिगुरु की क्वालिटीज दसी आपां उत्थों शुरू होइए कोई क्वालिटी दसो वाहिगुरु की हम आप देखिए आप दयालु है सू दया आती है अपने तो दया आती है कि नहीं आती असी कि किसी लंबड़े वाल लम्बे वाल असी कि दयालु हैं असी कि जल्दी तलखी च आ जाने हैं मेरे वीर ने कोई मेरे तो चीज़ लै गया और वो तो गलती ना उनका नुकसान हो गया असं कि गुस्सा होने कि बुरा भला कहा उन्हें जान के तो नहीं की गलती पर असू बुरा भला कह बैठे जान के की तो वह थानू पता है जो जान के की फिर तो कर सकते हो जे फिर तो क्वेश्चन कर सकते हो जो पता ही नहीं भी जान के की है अगे आइए निर्भाओ असी हैं निर्भाओ निर्भाओ तो होइए जे असी दुनिया के प्रभावों तो बच के गुरु का जोड़ा हुक्म है उन्होंने मनते होइए असी बिल्कुल किसी की परवाह न कर हम का हम की काम ना करते अपने गुरु प्रसाद की निर्भाव जपे सगल भाव मिटे फिर जो सानू दुनिया की परवाह होंगी असी बेपरवाह हो जाने कौन कहता भी थोड़ी पग सोहनी नहीं लगती साढ़े गुरु सोहनी लगती है साढ़ा की लाना असी जाओ जिते मरी जाना असी थोड़ी परवाह नहीं करते मेरे गुरु को चंगी लगती है मेरे गुरु को मेरा दाड़ा सोहना लगता है मैं तो रखना है। अमेरिका में बहुत बड़े बड़े अहदे ते पहुंचे ने कोई एप्पल चाहे कोई कैलीफोर्निया वाले है एप्पल में जितनी नहीं है
ਸੱਚੀ ਸਰੂਪ ਵਿੱਚ ਕਾਇਮ ਨੇ, ਗੁਰੂ ਦੇ ਲੜ ਲੱਗੇ ਨੇ, ਕੀਰਤਨ ਨਾਲ ਜੁੜੇ ਹੋਏ ਨੇ, ਬਾਣੀ ਨਾਲ ਜੁੜੇ ਹੋਏ ਨੇ, ਰੰਗਾਂ ਤਲੀਆਂ ਰੂਹਾਂ ਨੇ, ਬਹੁਤ ਅੱਛੀ ਅੱਛੀ ਪੋਸਟਾਂ 'ਤੇ ਪਹੁੰਚੇ ਨੇ, ਬੜੇ ਬੜੇ ਦੁਨੀਆ, ਉਹਨਾਂ ਦੇ ਥੱਲੇ ਕਈ ਕਈ ਲੋਕ ਕਈ ਕਈ ਗੋਰੇ ਕੰਮ ਕਰਦੇ ਆ ਮੈਨੇਜਰ। ਇੱਕ ਵੀ ਸਾਡੇ ਚੰਡੀਗੜ੍ਹ ਤੋਂ ਹੀ ਸਿੰਘ ਸੀਗੇ ਭਾਈ ਤਜਿੰਦਰ ਸਿੰਘ, ਜਿਹੜੇ ਨਿਊਜ਼ੀਲੈਂਡ ਨੇ, ਉਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਸਿਸਕੋ ਸਿਸਟਮ ਵਿੱਚ ਵਾਈਸ ਪ੍ਰੈਜ਼ੀਡੈਂਟ ਹੈ। ਸਨ ਮਾਈਕਰੋ ਸਿਸਟਮ ਵਿੱਚ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀ, ਉਹ ਸਿਸਕੋ ਸਿਸਟਮ ਵਿੱਚ ਵਾਈਸ ਪ੍ਰੈਜ਼ੀਡੈਂਟ ਹੈ। ਥੱਲੇ ਕਿੰਨੀ ਸੈਂਕੜੇ ਹੀ ਉਹਦੇ ਥੱਲੇ ਹਜ਼ਾਰਾਂ ਬੰਦੇ ਕੰਮ ਕਰਦੇ ਨੇ, ਲਿਮਿਟ ਨਹੀਂ ਹੈ। ਸੋ ਇਹ ਨਾ ਸੋਚੋ ਇਹ ਰੂਪ ਸਾਡਾ ਕਿਤੇ ਸਾਡੇ ਵਾਸਤੇ ਡਿਫਰੈਂਟ ਹੋਏਗਾ, ਇਟ ਵਿਲ ਸਟੋਪ ਅਸ ਫਰੋਮ ਦੇਅਰ। ਨੋ, ਯੋਰ ਟੈਲੈਂਟ ਵਿਲ ਟੇਕ ਯੂ ਅਹੈਡ। ਤੁਹਾਨੂੰ ਕਿਸੇ ਵੇਲੇ ਵੀ ਕਦੇ ਵੀ ਇਸ ਰੂਪ ਤੁਹਾਨੂੰ ਤੰਗ ਨਹੀਂ ਕਰੇਗਾ। ਬੀਬੀਆਂ ਵੀ ਬਹੁਤ ਉੱਪਰ ਪਹੁੰਚੀਆਂ ਹੋਈਆਂ ਨੇ, ਕਹਿੰਦੇ ਪਾਇਲਟ ਬੀਬੀ ਹੈਗੀ ਹੈ। ਯੂਐਸ ਆਰਮੀ 'ਚ ਗਈ ਹੈ ਬੀਬੀ, ਹਾਂਜੀ, ਬਹੁਤ ਜ਼ਿਆਦਾ ਬੀਬੀਆਂ ਦਾ ਘੱਟ ਤਰੱਕੀ ਕੀਤੀ ਬੀਬੀਆਂ ਨੇ। ਆਈ ਨੋ ਫਿਊ ਬੀਬੀਜ਼, ਇੱਕ ਬੀਬੀ ਅਮੈਰੀਕਾ 'ਚ ਬਹੁਤ ਤਕੜੀ, ਇੱਕ ਕੈਨੇਡਾ ਰੈਸਟੋਰੈਂਟ ਵਿੱਚ ਬੜੀ ਵੱਡੀ ਲਾਅ ਫਾਰਮ ਵਿੱਚ ਬੜੀ ਸੀਨੀਅਰ ਸੋਲਿਸਟਰ ਹੈ, ਦਸਤਾਵ ਜਾ ਕੇ ਪੂਰੀ ਦੁਨੀਆ ਵਿੱਚ ਟਰੈਵਲ ਕਰਦੀ, ਕਦੇ ਹਾਂਗਕਾਂਗ, ਕਦੇ ਇੰਗਲੈਂਡ, ਕਦੇ ਕੁਝ। ਇੱਕ ਬੀਬੀ ਭਾਈ ਪ੍ਰਿਥੀਪਾਲ ਸਿੰਘ, ਜਿਹੜੇ ਇੰਗਲੈਂਡ ਤੋਂ ਨੇ, ਦਮਾਲਾ ਸਜਾਉਂਦੇ ਨੇ, ਉਹਨਾਂ ਦੀ ਬੇਟੀ, ਸ਼ੀ ਇਜ਼ ਅ ਕਾਰਪੋਰੇਟ ਲਾਇਰ ਵਿਦ ਹਿਟਾਚੀ। ਇੱਕ ਬੱਚੀ ਸਾਡੀ ਖਰੜ ਦੀ ਹੈ, ਖਰੜ ਤੋਂ ਬੀਬੀ ਹਰਜੀਤ ਕੌਰ, ਉੱਥੇ ਬਹੁਤ ਵੱਡੀ ਚੇਨ ਹੈ ਅਮੈਰੀਕਾ ਵਿੱਚ, ਕੈਲੀਫੋਰਨੀਆ ਵਿੱਚ ਹੋਸਪਿਟਲ ਚੇਨ ਕਾਇਜ਼ਰ ਪਰਮਾਨੈਂਟ, ਉਹਦੇ ਵਿੱਚ ਡਾਇਰੈਕਟਰ ਹੈਗੀ ਹੈ। ਸਾਡੀ ਕਈ ਬੀਬੀਆਂ ਤਾਂ ਲੋੜ ਅਨੁਸਾਰ, ਕਿਉਂਕਿ ਜੋਬ ਦੀ ਡਿਮਾਂਡ ਹੈ ਸਰ, ਉਹ ਪਾਉਂਦੀਆਂ ਨੇ ਆਪਣਾ ਵੈਸਟਰਨ ਕੱਪੜੇ ਪਾ ਲੈਂਦੀਆਂ। ਇਹ ਬੀਬੀ ਜਿਹੜੀ ਹੈ ਡਾਇਰੈਕਟਰ ਇਨ ਅ ਵੈਰੀ ਲਾਰਜ ਹੋਸਪਿਟਲ ਚੇਨ ਕੈਜ਼ਰ ਪਰਮਾਨੈਂਟ, ਉਹ ਸਲਵਾਰ ਕਮੀਜ਼ ਵਿੱਚ ਹੀ ਜਾਂਦੀ ਹੈ ਸਰ। ਵਧੀਆ ਵਧੀਆ ਮੀਟਿੰਗਾਂ ਉਹਨਾਂ ਦੀਆਂ ਹੁੰਦੀਆਂ ਨੇ, ਟਰੈਵਲ ਕਰਨਾ ਪੈਂਦਾ ਫਲਾਈਟ 'ਤੇ, ਕੋਈ ਤਰਵਾਹ ਨਹੀਂ। ਨਿਰਭਉ ਹੋ ਗਏ, ਕਿਉਂਕਿ ਨਿਰਭਉ ਨਾਲ ਜੁੜੇ ਸੀਗੇ। ਨਿਰਵੈਰ, ਸਾਡੀ ਵੈਰਤਾ ਕਿਸੇ ਨਾਲ ਨਹੀਂ ਹੈ। ਜੇ ਕੋਈ ਸਾਡਾ ਗੁਰੂ ਸਿੱਖ ਜਿਹੜਾ ਹੈ ਉਹ ਜ਼ੁਲਮ ਦੇ ਖਿਲਾਫ ਹੈ, ਜ਼ਾਲਮ ਦੇ ਖਿਲਾਫ ਨਹੀਂ ਹੈਗਾ। ਜ਼ਾਲਮ ਤਾਂ ਆਪਣੇ ਆਪ ਆਪਣੀ ਲਪੇਟ ਆਪਣੇ ਕਰਮਾਂ ਕਰਕੇ ਵਿਚ ਆ ਗਿਆ। ਸਿੱਖ ਨੇ ਤਾਂ ਜ਼ੁਲਮ ਨੂੰ ਹਟਾਉਣਾ ਸੀਗਾ, ਉਹ ਨਹੀਂ ਹਟਿਆ ਤਾਂ ਜ਼ਾਲਮ ਨੂੰ ਉਹਦੀ ਆਪਣੀ ਵੈਲ ਉਹ ਤਾਂ ਦੇਣੀ ਪੈਣੀ ਸੀ ਨਾ, ਜੋ ਗਲਤੀ ਕੀਤੀ ਉਹਦਾ ਤਾਂ ਉਹਨੂੰ ਉਤਾਰ ਕਰਨਾ ਪੈਣਾ ਸੀਗਾ। ਇਸ ਕਰਕੇ ਉਹ ਜ਼ਾਲਮ ਵਿੱਚ ਆਇਆ। ਸਾਡਾ ਤਾਂ ਜਿਹੜਾ ਵੈਰ ਹੈਗਾ ਉਹ ਸਿਰਫ ਜ਼ੁਲਮ ਦੇ ਨਾਲ ਹੈ, ਸਾਡਾ ਹੋਰ ਕੋਈ ਵੈਰ ਨਹੀਂ। ਸਾਰੇ ਸਾਡੇ ਵਾਸਤੇ ਇੱਕੋ ਜਿਹੇ ਨੇ, ਸਾਨੂੰ ਤਾਂ ਗੁਰੂ ਦਾ ਰੂਪ ਦਿਖਦੇ ਨੇ, ਸਾਡੇ ਹਰੇਕ ਵਿੱਚ ਸਾਨੂੰ ਗੁਰੂ ਦਿਖਦਾ, ਸਾਨੂੰ ਤਾਂ ਹਰੇਕ ਨਾਲ ਹੀ ਪਿਆਰ ਹੈ। ਅਵਲ ਅੱਲਾ ਨੂਰ ਪਾਇਆ ਤੂੰ ਦੱਸ ਕੇ, ਸਾਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਪਰ ਸਾਨੂੰ ਨਾ ਕਹੋ ਤੁਸੀਂ ਇਹੋ ਜਿਹੇ ਨਹੀਂ ਹੋਣਾ ਚਾਹੀਦੇ। ਤੁਸੀਂ ਆਪਣੇ ਜਿੱਥੇ ਹੈਗੇ ਹੋ ਰਹੋ। ਇੱਥੇ ਕੁਛ ਵੀਰ ਹੈਗੇ ਨੇ ਜਿਹੜੇ ਸਿੱਖ ਧਰਮ ਨਾਲ ਨੂੰ ਬਿਲੋਂਗ ਨਹੀਂ ਕਰਦੇ, ਉਹਨਾਂ ਦੇ ਵਾਸਤੇ ਉਹ ਧਰਮ ਮੁਬਾਰਕ ਹੈ। ਤੁਹਾਡਾ ਧਰਮ ਜੋ ਕਹਿੰਦਾ ਉਹਨੂੰ ਫੋਲੋ ਕਰੋ। ਗੁਰੂ ਸਾਹਿਬ ਨੇ ਵੀ ਕਿਹਾ ਸੀਗਾ, ਹਿੰਦੂ ਨੂੰ ਵੀ ਕਿਹਾ, ਮੁਸਲਮਾਨ ਨੂੰ ਵੀ, ਆਪਣੇ ਧਰਮ 'ਚ ਰਹੋ, ਕਾਇਮ ਹੋ। ਪਰ ਸਿੱਖ ਵਾਸਤੇ ਜੋ ਹੁਕਮ ਹੈ ਉਹ ਸਿੱਖ ਨੇ ਪਾਲਣਾ ਕਰਨੀ ਹੈ। ਉਹਨੇ ਦੂਜੇ ਧਰਮਾਂ ਦੇ, ਦੂਜੀ ਕੌਮਾਂ ਦੇ ਵੱਲ ਨਹੀਂ ਦੇਖਣਾ, ਉਹਨੇ ਪਹਿਲਾਂ ਆਪਣੇ ਗੁਰੂ ਵੱਲ ਦੇਖਣਾ, ਉਹਨਾਂ ਦੇ ਪ੍ਰਭਾਵ ਵਿੱਚ ਨਹੀਂ ਆਉਣਾ। ਦਾਤਾ ਗੁਰੂ ਦਾਤਾ ਹੈ, ਸਭ ਨੂੰ ਹੀ ਦਿੰਦਾ। ਅਸੀਂ ਕਿੰਨੇ ਕੁ ਦਾਤੇ ਹਾਂ? ਗੁਰੂ ਨੇ ਹੁਕਮ ਕੀਤਾ ਅਸੀਂ ਬਣ ਕੇ ਛਕਣਾ, ਅਸੀਂ ਛੱਕ ਕੇ ਬਣਦੇ ਹਾਂ। ਆਮ ਹੁੰਦਾ ਨਾਕੀ ਡਿੱਠ ਹੈ, ਤੁਸੀਂ ਵੀ ਦੇਖਿਆ ਹੋਣਾ, ਜਦੋਂ ਲੰਗਰ ਵਰਤਾ ਰਹੇ ਹੋਵੇ ਨਾ, ਗੇਟ ਬੰਦ ਕਰ ਦਿੱਤੇ ਜਾਂਦੇ ਨੇ। ਜਿਹੜਾ ਗਰੀਬ ਆ ਬਾਹਰ ਹੈ, ਜੇ ਬਹੁਤ ਥਾਵਾਂ 'ਤੇ ਹੁੰਦਾ, ਬਾਅਦ ਵਿੱਚ ਜਿਹੜਾ ਬਚਿਆ, ਜਿਹੜਾ ਬਚਿਆ ਜਾਂਦਾ ਉਹ ਫਿਰ ਕਈ ਵਾਰ ਜ਼ਿਆਦਾ ਬਚ ਜਾਂਦਾ, ਫਿਰ ਆਫਤ ਆ ਜਾਂਦੀ ਹੈ। ਕਿੱਥੇ ਲਿਜਾਈਏ? ਚੰਗਲ ਵਾਲਾ ਕਿੱਥੇ ਹੈ? ਕੋਨਾਰਕ ਆਸ਼ਰਮ ਕਿੱਥੇ? ਉੱਥੇ ਪਹੁੰਚਾਈਏ? ਗੁਰਦਾ ਮੰਦਰ ਕਿੱਥੇ ਜਾਵੇ? ਉੱਥੇ ਪਹੁੰਚਾ ਦਈਏ? ਇਹ ਹਾਲਤ ਹੈ। ਇਹ ਦਾਤੇ ਹੋ ਜਾਈਏ ਹਾਂਜੀ, ਉਹਦੇ ਵਿੱਚ ਫਿਰ ਭੇਦ ਨਹੀਂ ਕਰਨਾ। ਜਿਹੜਾ ਵੀ ਲੋੜਵੰਦ ਦਿਖਿਆ ਸਭ ਦੀ ਸੇਵਾ ਕਰਨੀ ਹੈ ਹਾਂਜੀ। ਭਾਈ ਸ਼ਮਸ਼ੇਰ ਸਿੰਘ ਉੱਥੇ ਜਾ ਰਹੇ ਨੇ ਸੰਸਥਾ ਪ੍ਰਵਾਸਰਾ, ਭੇਦ ਕਰਦੇ ਨੇ। ਜਿਹੜਾ ਵੀ ਬੇਆਸਰਾ ਲੱਭਿਆ, ਜਿੱਥੋਂ ਵੀ ਲੱਭਿਆ, ਜਿਸ ਹਾਲਤ ਵਿੱਚ ਵੀ ਲੱਭਿਆ, ਚੱਕ ਲਿਆਉਂਦੇ ਨੇ, ਸੇਵਾ ਕਰਦੇ ਨੇ। ਦਿਨ ਰਾਤੀ ਕੀਤੀ ਆਪਣਾ ਸਭ ਕੁਛ ਨਿਸ਼ਾਵਰ ਕਰਦਾ ਜ਼ਿੰਦਗੀ ਦਾ, ਸਾਡੇ ਵਾਸਤੇ ਰੋਲ ਮਾਡਲ ਉਹ ਹੋਣੇ ਚਾਹੀਦੇ ਨੇ, ਤਾਂ ਕਿ ਅਸੀਂ ਵੀ ਕਦਾ ਥੋੜ੍ਹਾ ਬਹੁਤ ਟਾਈਮ ਕੱਢੀਏ ਇਸ ਤਰ੍ਹਾਂ ਦੇ ਬੇਆਸਰਿਆਂ ਨੂੰ, ਨਿਆਸਰਿਆਂ ਜਿਨ੍ਹਾਂ ਦੀ, ਜਿਨ੍ਹਾਂ ਨੂੰ ਦੁਨੀਆਂ ਨਹੀਂ ਪੁੱਛ ਰਹੀ, ਅਸੀਂ ਉਹਨਾਂ ਵੱਲ ਜਾਈਏ। ਗੁਰੂ ਨਾਨਕ ਤਾਂ ਉਹਨਾਂ ਕੋਲ ਗਏ ਸੀ ਨਾ, ਉਹਨਾਂ ਨੂੰ ਤਾਂ ਉਹਨਾਂ ਕੋਲ ਗਏ ਜਿਹਨਾਂ ਨੂੰ ਕੋਈ ਨਹੀਂ ਪੁੱਛਦਾ ਸੀ, ਉਹਨਾਂ ਨੂੰ ਗੱਲ ਆਇਆ ਗੁਰੂ ਨਾਨਕ। ਅਤੇ ਅਸੀਂ ਕੀ ਕਰਦੇ ਪਏ? ਸੋਚੀਏ ਇਹ ਪ੍ਰਚੋਰ ਕਰਨ ਵਾਸਤੇ, ਅਸੀਂ ਇਹ ਗੁਣ ਸਾਡੇ ਵਿੱਚ ਹੈ ਕਿ ਨਹੀਂ ਹੈ, ਕਿ ਅਸੀਂ ਜੋ ਵਾਹਿਗੁਰੂ ਦੇ ਹਰ ਕਾ ਸੇਵਕ ਸੋ ਹਰ ਜੇ, ਅਸੀਂ ਹਰੀ ਦੇ ਸੇਵਕ ਹੋਣ ਵਾਸਤੇ ਤਿਆਰ ਹੋ ਗਏ ਹਾਂ, ਅਸੀਂ ਇਹ ਬਾਣਾ ਸਜਾ ਲਿਆ, ਅਸੀਂ ਗੁਰੂ ਕੇ ਸਿੱਖ ਹਾਰੇ ਹਾਂ,
गुरु का सिख हरी का सेवक है, वाहगुरु का सेवक अकाल पुरख की फौज है कि असं अकाल पुरख वाले गुण अपने अंदर धारण कर ले है, वो हौली हौली अपने अंदर लियाइए, प्रचोल करिए, रोज रोज सोच देखिए असं कितने खड़े हैं, कोशिश करिए। गलतियां होंदिया ने, इंसान है, असं बार बार भुल कर सकते हैं, पर भुल तो फिर दोबारा सीखना, गुरु अगर अरदास करनी है, भुल हो बख्श को सकते जी अगो वास्ते मार्ग पाओ, जे वो करे करताया तो भी चित में रख मैं, गुरु तो दयालु है वह तो फिर भी चित नहीं रखता थोड़ी गलतियां, बार बार गल आता है, बख्शनहार दाता ते बख्शनहार ये कुछ कुछ मिलते जुलते हो जाते हैं, बख्शनहार है तुम किसी निर्वैर नाल भी इन मिला सकते हैं, बख्शनहार में ये असी बख्श देना है, बख्शन की साढ़े बच्चे समर्था होनी चाहिए है। बहुत ही देर तक जो कल भी शायद सुन शेयर किया गुस्सा आया, बहुत ही देर तक ना धर होता है, वो गल ना हो छे महीने सस नौ गल की भैन भरा ने, मैं याद आया कि जो छोटे होंगे चंडीगढ़ रेंगे सके, भैन भरा साढ़े लैंड लॉर्ड के वो कई सालों तो नहीं बोले से आपस एक घर रेंगे सके, यह जी हालत नहीं होनी चाहिए, गुस्सा आया होंगे साड़ी आपस में बचपन में बहुत कुछ करते हैं लड़ पड़ने हैं, पर यह ना हो सी उन्होंने लैके बैठे होंगे हम नहीं बोलना नहीं, इस तरह अपने मित्रों अपनी संगत न किसी वैर नहीं रखना, जोड़ा नहीं थोड़ा लगे तो ये शायद मेरे को नाराज लगता आप चल के जाओ, आप चल के जाओ, मनाओ साड़ी संगत छोटी असं बहुत छोट थोड़े है जो अं अपने भी दूर करी गए तो किन्ने रह जाएंगे, कि साढ़े बच्चे एक बच्चे थोड़ा जहा कोई डिफरेंट टाइप का कोई वेद कोई क्वालिटी है कुछ डिफरेंट टाइप का बिहेवियर है उन्होंने अक्सैप्ट करिए, यह ना हो एक बिहेवियर करके उस त्याग ही देंगे, नहीं आता ना आया तुम्हें परवाह करते इस तरह नहीं होना चाहिए, जाओ जाके मनाओ क्यों होया भरावा मेरे तो कोई गलती हुई है, कोशिश यह होनी चाहिए सभी तो ये साड़ी जमात जी है, यह साड़ा जरा पंथ है इस मजबूत होगा जाएगा, अपना अपना नहीं देखना पहला दूजे का देखना, जो भाई साहब ने एक सिंह के वर्षकन की साखी दसी है उस तरह एक साखी हो रहा भाई बाबा बंदा सिंह बहादुर जब 700 सिंह उन्होंने दिल्ली लियाए ने तो बड़ी कोशिश की उन्होंने डरा के रोज़ 100 सिंह का उन्होंने कतल किया शहीद किए रोज़ डेली, वो क्या हो गया है ये क्यों नहीं मानते पे, क्या देखिए तो सही उन्होंने ना टेस्ट किया, चार सिंह एक कोठड़ी पाते कई दिन तो भुखे रखे, एक बच्चा एक नौजवान एक थोड़ा जहा सैनी बनता एक बुजुर्ग, तो कुछ दिन बाद एक प्रशादा अंदर उन्होंने देता, बच्चे ने वो सारे ने पहला छोटे बच्चे को देता उन्हें चक्कर बुजुर्ग ने खाता बापू जी तुम बुजुर्ग हो थोड़ी शरीर को ज़्यादा लोड़ है मैं तो बच्चा है तो तुम सू अगवाई देनी है तुम छो, बुजुर्ग ने चक के जोड़ा सियाने उम्र का फड़ाता काका मेरा तो शरीर चले जाना अज नहीं कल तू हले तेरे समर्थ आएगी तू होर कुछ दिन जी सकता तू पंथ की सेवा कर सकें तू छकना, उन्हें अगले होर जो नौजवान से उन्होंने फलाया काका तेरे जवानी है तेरे च बल हले होर है तेरा बल हले भी बच सकता है तू छकला है, उन्हें फिर मुड़ के बच्चे को लियाता तू सा कौम का भविख है जो तू बच गया कौम बच जाएगी तू छकला, इस तरह की साड़ी सैक्रीफाइस नेचर होनी चाहिए, असं ये देखिए भी साडा वीर साड़ी भैन साढ़े नाल का परिवार वो कि गौरवान है, चाहे अपना गवा के भी उन्होंने देना पवे ना सिख का फर्ज है, आप भुखे रह के भी नाल दे साथी सिख को भी आप एक दिन का प्रशाद शिकार जो भी हो जाइए तो सारे लोगों की बख्शिश होगी, साढ़े को ये कौन ने वाहगुरु इस तरह ही करता है वो भेद नहीं रखता जो दे रहा है ना वो सारे दे रहा है वो पापी भी दे रहा है तो भगत को भी दे रहा है उन्हें फर्क नहीं रखे, पिछे जे साक्षी कथा विचों ही सुनी सी शायद परवाना जी ने सुनाई सी ते कोई फकीर की गल कर रहे थे वो फकीर वाहगुरू को अरदास करता उन्हें तप कट्टे बड़े है ना तो मैं भुखा रह के मैं कुछ करा कुछ कमाई करा तो साक्षी फकीर का याद नहीं कहानी एंड वह इस तरह का कुछ है भी वो उन्होंने एक अकृत का नाके मिलता है ना वो लौटवंद हों वो कहना मैंने प्रशादा छका वो कहना प्रशादा छकाना चलो बैठ गए वो बिस्मिल्ला करते जिम्मे आप अरदास करते हैं है ना
ਕਹਿੰਦੇ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਕਹਿੰਦਾ ਮੈਂ ਤਾਂ ਸ਼ੁਕਰਾਨਾ ਨਹੀਂ ਕਰਦਾ, ਮੈਂ ਵਾਹਿਗੁਰੂ ਮੰਨਦਾ ਹੀ ਨਹੀਂ, ਮੈਂ ਨਹੀਂ ਸ਼ੁਕਰਾਨਾ ਕਰਦਾ। ਕਹਿੰਦਾ ਨਹੀਂ, ਤੂੰ ਸ਼ੁਕਰਾਨਾ ਕਰਨਾ ਪਏਗਾ, ਤਾਂ ਪ੍ਰਸ਼ਾਦਾ ਦਊਂਗਾ ਤੈਨੂੰ। ਕਹਿੰਦਾ ਮੈਂ ਨਹੀਂ ਕਰਦਾ। ਕਹਿੰਦਾ ਨਹੀਂ, ਜਾ। ਕਹਿੰਦਾ ਫਿਰ ਤੈਨੂੰ ਪ੍ਰਸ਼ਾਦਾ ਨਹੀਂ ਮਿਲਿਆ। ਕਹਿੰਦਾ ਜਾ, ਮੈਂ ਜਾਣਾ, ਮੈਨੂੰ ਲੋੜ ਨਹੀਂ ਤੇਰੇ ਪ੍ਰਸ਼ਾਦੇ ਦੀ, ਮੈਂ ਨਹੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ, ਮੈਂ ਨਹੀਂ ਛੱਡਦਾ ਤੇਰਾ ਪ੍ਰਸ਼ਾਦਾ। ਉਹ ਚਲਾ ਗਿਆ। ਉਹਨੂੰ ਆਵਾਜ਼ ਆਈ, ਕਹਿੰਦਾ ਤੂੰ ਮੇਰਾ ਭਗਤ ਬਣਦਾ, ਇਹਨੂੰ ਮੈਂ 40 ਸਾਲ ਤੋਂ ਪਾਲ ਰਿਹਾ, 40 ਸਾਲ ਤੋਂ ਮੇਰੇ ਤੋਂ ਮੁਨਕਰ ਹੈ, ਇਹਨੂੰ ਰੋਜ਼ ਪ੍ਰਸ਼ਾਦਾ ਦਿੰਦਾ ਸੀ, ਤੂੰ ਇੱਕ ਦਿਨ ਨਹੀਂ ਦੇ ਸਕਿਆ, ਤੂੰ ਮੈਨੂੰ ਕਿੱਥੋਂ ਮਿਲ ਜਾਏਗਾ। ਸੋ ਜਿਹੜਾ ਵੀ ਹੈਗਾ ਨਾ, ਇਹ ਨਾ ਦੇਖੀਓ ਵਾਹਿਗੁਰੂ ਦੇ ਕੌਤਕ ਨੇ, ਜਿਹੜਾ ਭੁੱਲਿਆ ਉਹ ਵੀ ਗੁਰੂ ਦੀ ਉਹਦੀ ਕੌਤਕ ਨੇ। ਸਾਨੂੰ ਮਹਾਰਾਜ ਨੇ ਮਤ ਬਖਸ਼ ਦਿੱਤੀ ਹੈ, ਸਾਨੂੰ ਗਿਆਨ ਦੇ ਦਿੱਤਾ ਗੁਰੂ ਨੇ, ਸਾਨੂੰ ਗੁਰੂ ਨੇ ਦੱਸਤਾ ਹਰ ਦਾ ਸੇਵਕ ਸੋ ਹਰ ਜਿਹਾ, ਸਾਨੂੰ ਤਾਂ ਫੋਲੋ ਕਰਨਾ ਚਾਹੀਦਾ। ਪਤਾ ਲੱਗ ਗਿਆ ਅਤੇ ਫਿਰ ਹਾਥ ਦੀਪ ਕੂਏ ਪੜੇ ਕਾਹੇ ਕੀ ਕੁਸਲਾਤ, ਜੀਵਾ ਹੱਥ 'ਚ ਆਇਆ ਕੁਝ ਜੱਡ ਕੇ, ਕੌਣ ਸਿਆਣਾ ਕਹੇਗਾ। ਗਿਆਨ ਮਿਲ ਗਿਆ ਫਿਰ ਅਸੀਂ ਗਲਤੀਆਂ ਕਰੀਏ, ਇਹ ਤਾਂ ਵੱਡੇ ਗੁਨਾਹਗਾਰ ਹੋਏ ਨਾ। ਜਿਹਦੇ ਕੋਲ ਗਿਆਨ ਨਹੀਂ ਹੈ ਉਹ ਤੋਂ ਗਲਤੀ ਹੋ ਰਹੀ ਹੈ, ਉਹਨੂੰ ਫਿਰ ਵੀ ਬਖਸ਼ਿਆ ਜਾ ਸਕਦਾ। ਜਿਹਦੇ ਕੋਲ ਗਿਆਨ ਆ ਗਿਆ ਉਹ ਗਲਤੀ ਕਰੇ, ਉਹਨੂੰ ਕੌਣ ਬਖਸ਼ੇਗਾ। ਸੋ ਇਹ ਕੁਛ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ। ਬਈ ਬਹੁ ਗਿਣਤੀ ਤੋਂ ਆਪਾਂ ਕਿਵੇਂ ਬਚਣਾ, ਜੇ ਆਹ ਗੁਣ ਜਿਹੜੇ ਹਰ ਕੇ ਸੇਵਕ ਹਰ ਦਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਇਹ ਗੁਣ ਗੁਰੂ ਦੇ ਅਕਾਲ ਪੁਰਖ ਦੇ ਗੁਣ ਰੋਜ਼ ਰੋਜ਼ ਆਪਾਂ ਵਿਚਾਰੀਏ, ਜਾਪਸਾ ਦਾ ਪਾਠ ਕਰਦੇ ਹੋ, ਸਾਰਾ ਗੁਰੂ ਦੀ ਉਸਤਤ, ਅਕਾਲ ਪੁਰਖ ਦੀ ਉਸਤਤ ਹੈਗੀ ਹੈ, ਉਹਨੂੰ ਜਦੋਂ ਪੜ੍ਹਦੇ ਹਾਂ, ਉਹਨੂੰ ਵਿਚਾਰੀਏ, ਉਹਨਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਸ਼ੁਰੂ ਕਰ ਦਈਏ ਅੱਜ ਤੋਂ, ਹੌਲੀ 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 ਉਧਰ ਨੂੰ ਤੁਰੀਏ। ਇੱਕ ਦਹਾੜ ਮਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ੇਰ ਨੇ, ਸਿੰਘ ਆ ਗਏ, 5 ਸਿੰਘ ਸੀਸ ਦੇ ਦਿੱਤੇ ਉਹਨਾਂ ਨੇ, ਉਹਨਾਂ ਨੇ ਅੰਦਰ ਦੀ ਦਹਾੜ ਉਹਨਾਂ ਦੀ ਮੈਚ ਕਰ ਗਈ, ਉਹਨਾਂ ਨੇ ਸੁਣ ਲਈ, ਬਹੁਤ ਨੂੰ ਡਰ ਲੱਗਿਆ ਕੀ ਹੋ ਗਿਆ, ਸਿਰ ਵੱਢਣ ਲੱਗੇ ਨੇ। ਪਰ ਸਿੰਘ ਉੱਠ ਗਿਆ, ਉਹਨੇ ਦਹਾੜ ਪਛਾਣ ਲਈ ਸੀ, ਉਹਨੇ ਦਹਾੜ ਪਛਾਣ ਲਈ ਅਤੇ ਉਹ ਜਾ ਉਹਨੇ ਸੀਸ ਕੇਸ ਕਰ ਦਿੱਤਾ। ਉਹ ਗੁਰੂ ਸਾਨੂੰ ਰੋਜ਼ ਹੀ ਦਹਾੜ ਕੇ ਕਹਿ ਰਹੇ, ਰੋਜ਼ ਆਵਾਜ਼ ਮਾਰ ਰਿਹਾ, ਰੋਜ਼ ਕਹਿੰਦਾ ਸੀ ਵੀ ਪੜ੍ਹਦੇ ਨੇ ਨਾ, ਆਓ ਸਿੱਖ ਸਤਿਗੁਰੂ ਵੀ ਕਹਿ ਰਹੇ ਹੋ, ਗਾਓ ਸੱਚੀ ਬਾਣੀ, ਇਹ ਗੁਰੂ ਦੀ ਦਹਾੜ ਹੈ, ਪਿੱਛੇ ਰਹਿ ਗਏ। ਅਤੇ ਜੇ ਇਹ ਰੋਲ ਸਾਨੂੰ ਰੋਜ਼ ਸੁਣਨ ਲੱਗ ਪਈ ਅਤੇ ਅਸੀਂ ਵੀ ਕੱਲ੍ਹ ਨੂੰ ਉਸ ਤਰ੍ਹਾਂ ਦੀ ਰੋਲ ਵਿੱਚ ਆ ਗਏ, ਉਸ ਤਰ੍ਹਾਂ ਸ਼ੇਰ ਵਾਂਗੂ ਬੇਪਰਵਾਹ ਹੋ ਕੇ ਵਿਚਰਨਾ ਸ਼ੁਰੂ ਕਰ ਦਿੱਤਾ, ਜੇ ਸਾਨੂੰ ਕਿਸੇ ਦੀ ਪਰਵਾਹ ਨਾ ਹੋਈ ਅਤੇ ਫਿਰ ਅਸੀਂ ਸੋਚੀਏ ਵੀ ਅਸੀਂ ਕੁਛ ਗੁਰੂ ਦੇ ਨੇੜੇ ਪਹੁੰਚੇ ਹਾਂ, ਫਿਰ ਤੁਹਾਨੂੰ ਨਹੀਂ ਲੱਗੇਗਾ, ਫਿਰ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਸਿੱਖੀ ਕਿੱਥੇ ਜਾ ਰਹੀ ਹੈ ਜੀ, ਭਗਤ ਕੋਲ ਆ ਗਿਆ ਜੀ, ਇਹ ਹੋ ਗਿਆ ਉਹ ਹੋ ਗਿਆ। ਤੁਹਾਡੇ ਤੋਂ ਕਈਆਂ ਨੇ ਪ੍ਰੇਰਣਾ ਲੈ ਲੈਣੀ ਹੈ, ਇੱਕ ਸ਼ੇਰ ਬੋਲੇਗਾ ਹੋਰ ਕਈਆਂ ਸ਼ੇਰਾਂ ਨੂੰ ਦਹਾੜ ਸੁਣ ਜਾਣੀ, ਕਿਉਂਕਿ ਤੁਸੀਂ ਥੋੜ੍ਹੇ ਆਏ ਹੋ ਨਾ, ਤੁਹਾਨੂੰ ਤਾਂ ਇੱਥੇ ਥੋੜ੍ਹਿਆਂ ਨੂੰ ਮਹਾਰਾਜ ਨੇ ਇਹ ਮੌਕਾ ਦਿੱਤਾ ਇਹ ਦਹਾੜ ਸੁਣਨ ਦਾ, ਬਾਹਰ ਬਹੁਤ ਬੈਠੀ ਦੁਨੀਆ ਜਿਹਨਾਂ ਤੱਕ ਉਹ ਦਹਾੜ ਪਹੁੰਚੀ ਨਹੀਂ ਹਲੇ, ਗੁਰੂ ਨੇ ਤੁਹਾਡੀ ਸੇਵਾ ਲਾਉਣੀ ਉਹ ਦਹਾੜ ਉਹਨਾਂ ਤੱਕ ਪਹੁੰਚਾਉਣ ਦੀ, ਜਾ ਕੇ ਉਹਨਾਂ ਨਾਲ ਸਾਂਝ ਪਾਓ ਆਪਣੇ ਆਸ ਪਾਸ, ਗੱਲ ਕਰੋ ਉਹਨਾਂ ਨਾਲ, ਤੁਹਾਡਾ ਜੀਵਨ ਉਹਨਾਂ ਦਾ ਜੀਵਨ ਬਦਲਣ ਦੇ ਕਾਬਲ ਹੋ ਜਾਏਗਾ। ਕਿਸੇ ਨੂੰ ਕੋਈ ਲੈ ਕੇ ਆਇਆ, ਕਿਸੇ ਨੇ ਕਿਸੇ ਨੂੰ ਪ੍ਰੇਰਣਾ ਕੀਤੀ ਹੈ, ਉਹਨਾਂ ਦੇ ਵੱਲੋਂ ਗੁਰੂ ਦਾ ਸੁਨੇਹਾ ਤੁਹਾਨੂੰ ਮਿਲਿਆ, ਤੁਸੀਂ ਇੱਥੇ ਆਏ, ਰਾਈਟ, ਉਹ ਗੁਰੂ ਨੇ ਤੁਹਾਨੂੰ ਸੁਨੇਹਾ ਭੇਜਿਆ ਸੀ, ਗੁਰੂ ਬੋਲਦਾ ਸੀਗਾ ਵੀ ਜਤਿਨ ਸਿੰਘ ਨੇ ਕਿਸੇ ਨੂੰ ਕਿਹਾ ਉਹ ਮਾਨਸਾ ਬਰੇਟਾ ਤੋਂ ਆਇਆ, ਕਿਸੇ ਨੇ ਅੰਮ੍ਰਿਤਸਰ ਦੇ ਸੁਨੇਹਾ ਭੇਜਿਆ ਉੱਥੋਂ ਆ ਗਿਆ, ਕੋਈ ਕਾਨਪੁਰ ਤੋਂ ਆ ਗਿਆ, ਕੋਈ ਕਿੱਥੋਂ ਆ ਗਿਆ, ਉਹਨਾਂ ਨੂੰ ਗੁਰੂ ਨੇ ਸੁਨੇਹਾ ਭੇਜਿਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿਹੜੀ ਰੋਰ ਹੈ ਉੱਥੇ ਤੱਕ ਭੇਜੀ, ਉਹ ਸਾਰੇ ਇੱਥੇ ਆਏ, ਜਿਹਨਾਂ ਜਿਹਨਾਂ ਨੂੰ ਸੁਣ ਗਈ ਉਹ ਉੱਥੇ ਪਹੁੰਚੇ, ਔਰ ਉਹਨਾਂ ਨਾਲ ਇਹ ਸਾਂਝ ਹੋ ਰਹੀ ਹੈ, ਇਹ ਗੁਰੂ ਦੀ ਗੱਲ ਸੁਣਦੇ ਪਏ ਨੇ, ਸਵੇਰੇ ਸ਼ਾਮ ਸੁਣ ਰਹੇ ਨੇ। ਹੁਣ ਇਹ ਗੁਰੂ ਦੀ ਜਿਹੜੀ ਸੁਨੇਹਾ ਹੈਗਾ ਇਹਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਅਤੇ ਆਪਣੇ ਜੀਵਨ ਉਸ ਲੈਵਲ 'ਤੇ ਲੈ ਕੇ ਜਾਈਏ ਤਾਂ ਕਿ ਅਸੀਂ ਕਹਿ ਸਕੀਏ ਵੀ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਇਸ ਲੈਵਲ 'ਤੇ ਪਹੁੰਚਣਾ ਹੈ, ਇਹ ਸਾਡੀ ਮੰਜ਼ਿਲ ਹੈ।